ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਅੱਜ ਆਪਾਂ ਪਹੁੰਚੇ ਹਾਂ ਲੈਥਰੋਪ ਕੈਲੀਫੋਰਨੀਆ ਵਿੱਚ। ਇਸ ਮੰਚ 'ਤੇ ਸਾਡੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਦੈਟ ਤੁਹਾਡਾ ਪਿਛੋਕਰ ਕਿੱਥੋਂ ਵੀ ਹੋਏ, ਤੁਸੀਂ ਜਿਸ ਦੇਸ਼ ਵਿੱਚ ਵੱਸਦੇ ਹੋ, ਜਿੱਥੇ ਤੁਹਾਡੀ ਫੈਮਿਲੀ, ਤੁਹਾਡੇ ਬੱਚੇ ਰੇਜ਼ ਹੋਏ ਹੈ, ਉੱਥੇ ਦੀ ਰਾਜਨੀਤੀ, ਉੱਥੇ ਦੀ ਸਿਆਸਤ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਤੁਹਾਡਾ ਜਿੰਮਾ, ਤੁਹਾਡਾ ਫਰਜ਼ ਬਣਦਾ ਹੈ। ਇਸ ਸਿਸਟਮ ਬਾਰੇ, ਅਮੈਰੀਕਨ ਪੋਲੀਟਿਕਸ ਦੇ ਸਿਸਟਮ ਬਾਰੇ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਜਾਣਕਾਰੀ ਅਤੇ ਇਨਫੋਰਮੇਸ਼ਨ ਅਤੇ ਅਵੇਅਰਨੈਸ ਦੇਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਬਟ ਉਸ ਤੋਂ ਵੱਧ ਜੋ ਸਾਡੀ ਕਮਿਊਨਿਟੀ ਦੇ ਕੁਛ ਖਾਸ ਮੈਂਬਰਸ ਜੋ ਇਸ ਪ੍ਰੋਸੈਸ ਵਿੱਚ ਹੁਣ ਇਨਵੋਲਵ ਹੋ ਰਹੇ ਹਨ, ਜਿਨ੍ਹਾਂ ਨੂੰ ਨਾ ਕਿ ਸਿਰਫ ਤੁਹਾਡੀ ਸਪੋਰਟ ਦੀ ਲੋੜ ਹੈ, ਬਟ ਤੁਹਾਨੂੰ ਉਹਨਾਂ ਦੀ ਪੋਲੀਟਿਕਸ, ਉਹਨਾਂ ਦੇ ਮਸਲਿਆਂ ਬਾਰੇ ਇਨਫੋਰਮੇਸ਼ਨ ਦੀ ਲੋੜ ਹੈ, ਉਹ ਚੀਜ਼ ਵੀ ਆਪਾਂ ਅੱਜ ਕਵਰ ਕਰਾਂਗੇ। ਜਿੱਦਾਂ ਕੱਲ੍ਹ ਵੀ ਸਾਡੀ ਗੱਲ ਹੋਈ ਸੀ, ਕੈਲੀਫੋਰਨੀਆ ਵਿੱਚ ਲੋਕਲ ਇਲੈਕਸ਼ਨਸ ਜਾਰੀ ਹਨ ਅਤੇ ਅੱਜ ਲੈਥਰੋਪ ਵਿੱਚ ਪਹੁੰਚੇ ਹਾਂ ਗੱਲ ਕਰਨ ਲਈ ਸਟੇਟ ਸੈਨੇਟ ਡਿਸਟ੍ਰਿਕਟ 5 ਦੇ ਇਲੈਕਸ਼ਨ ਬਾਰੇ। ਅਤੇ ਮੇਰੇ ਨਾਲ ਕੈਂਡੀਡੇਟ ਫਾਰ ਡਿਸਟ੍ਰਿਕਟ 5 ਸਟੇਟ ਸੈਨੇਟ, ਮਿਸਟਰ ਮੈਨੀ ਗਰਵਾਲ। ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਸੋ ਮਚ ਜੀ। ਸਾਰੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਅਸ਼ਮਿਤਾ ਜੀ ਕਿ ਤੁਸੀਂ ਅੱਜ ਇਹ ਮੰਚ 'ਤੇ ਆਉਣ ਦਾ ਮੌਕਾ ਦਿੱਤਾ ਅਤੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਥੈਂਕ ਯੂ ਸੋ ਮਚ। ਅਤੇ ਨਾਲ ਸਾਨੂੰ ਜੁਆਇਨ ਕਰ ਰਹੇ ਹੈ ਮੇਅਰ ਆਫ ਲੈਥਰੋਪ ਮਿਸਟਰ ਸਨੀ ਧਾਲੀਵਾਲ ਜੀ। ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ। ਥੈਂਕ ਯੂ ਅਸ਼ਮਿਤਾ ਜੀ। ਜਿੱਥੇ ਜਿੱਥੇ ਜਸ ਪੰਜਾਬੀ ਦੀ ਆਵਾਜ਼ ਪਹੁੰਚ ਰਹੀ ਹੈ, ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਹੈ ਤੁਹਾਡਾ, ਮੈਡਮ ਪੈਨੀ ਸੰਧੂ ਹੋਰਾਂ ਦਾ। ਪਹਿਲੀ ਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦਾ ਸਬੱਬ ਬਣਿਆ। ਸੋ ਦੋ ਬੜੇ ਮਹੱਤਵਪੂਰਨ ਇਵੈਂਟ ਹੋਏ ਨੇ ਰੀਸੈਂਟਲੀ ਜਿਹੜੇ ਮੈਂ ਮੈਂਸ਼ਨ ਕਰਨੇ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੀ ਬਹੁਤ ਬਹੁਤ ਮੁਬਾਰਕਬਾਦ। ਔਰ ਦੂਸਰਾ ਜਿਹੜਾ ਇੱਕ ਹਿਸਟੋਰਿਕ ਇਵੈਂਟ ਹੋਇਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦਾ, ਸਾਰੀਆਂ ਸਿੱਖ ਸੰਗਤਾਂ ਨੂੰ, ਸਾਰੀ ਕਮਿਊਨਿਟੀ ਨੂੰ ਸਾਡੇ ਵੱਲੋਂ ਔਰ ਸਾਡੇ ਏਰੀਏ ਦੀ ਸਾਰੀ ਕਮਿਊਨਿਟੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਜੀ। ਅਤੇ ਬਿਫੋਰ ਆਈ ਬਿਗਿਨ ਅਬਾਊਟ ਦੀ ਰੇਸ ਜੋ ਅਪਕਮਿੰਗ ਹੈਗੀ, ਟਿਊਜ਼ਡੇ ਨੂੰ ਇਲੈਕਸ਼ਨਸ ਹਨ ਤੁਹਾਡੀ ਰੇਸ ਲਈ, ਉਸ ਤੋਂ ਪਹਿਲੇ ਮੈਂ ਸਾਡੀ ਆਡੀਅੰਸ ਨੂੰ, ਸਾਡੇ ਨਾਲ ਲਾਈਵ ਆਡੀਅੰਸ ਵੀ ਅੱਜ ਜੁੜੀ ਹੋਈ ਹੈ, ਸਾਰਿਆਂ ਨੂੰ ਮੈਂ ਇੱਕ ਵਾਰੀ ਫਿਰ ਵੈਲਕਮ ਕਰਨਾ ਚਾਹੁੰਦੀ ਹਾਂ। ਇਹ ਗੱਲ ਕਰਦੇ ਹਾਂ ਕਿ ਤੁਹਾਡੀ ਇਨਵੋਲਵਮੈਂਟ ਇਸ ਕੰਟਰੀ ਦੇ ਲੋਕਲ ਪੋਲੀਟਿਕਸ ਵਿੱਚ ਕਿੰਨੀ ਦੇਰ ਤੋਂ ਹੈਗੀ। ਧਾਲੀਵਾਲ ਜੀ, ਤੁਸੀਂ ਆਲਮੋਸਟ ਕੁਆਟਰ ਸੈਂਚਰੀ ਇਨਵੋਲਵਡ ਹੋ ਪੋਲੀਟਿਕਸ ਵਿੱਚ, ਐਂਡ ਮਿਸਟਰ ਗਰੇਵਾਲ, ਯੂ ਬਿਨ ਡੂਇੰਗ ਦਿਸ ਫਾਰ ਆਲਮੋਸਟ ਅ ਡੈਕੇਡ, ਰਾਈਟ? ਸੋ ਪਹਿਲੇ ਸਾਡੀ ਆਡੀਅੰਸ ਨੂੰ ਦੱਸੋ ਥੋੜ੍ਹੀ ਜਿਹੀ ਆਪਣੀ ਬੈਕਗਰਾਉਂਡ ਬਾਰੇ, ਤੁਸੀਂ ਕਿਸ ਤਰ੍ਹਾਂ ਇਸ ਫੀਲਡ ਵਿੱਚ ਇਨਵੋਲਵ ਹੋਏ ਅਤੇ ਕੀ ਪੋਜੀਸ਼ਨਾਂ ਤੁਸੀਂ ਹੋਲਡ ਕੀਤੀਆਂ ਹਾਲੇ ਤੱਕ? ਥੈਂਕ ਯੂ ਸੋ ਮਚ ਜੀ। ਸੋ ਜਿਹੜੀ ਮੇਰੀ ਜਿਹੜੀ ਪੈਦਾਇਸ਼ ਹੈ ਉਹ ਮੋਡੈਸਟੋ ਸ਼ਹਿਰ ਦੀ ਹੈ। ਸੋ ਜਿੰਨੀ ਦੇਰ ਵੀਰ ਸਨੀ ਹੋਣੀ ਪੋਲੀਟਿਕਸ ਦੇ ਵਿੱਚ ਹੈ, ਉੰਨੀ ਦੇਰ ਦੀ ਮੇਰੀ ਆਯੂ ਹੈ, ਥੋੜ੍ਹੀ ਵੱਧ ਘੱਟ ਹੋਊਗੀ। ਪਰ ਸਾਡੀ ਪੇਰੈਂਟਸ ਜਿਹੜੇ ਸੀਗੇ, ਮੇਰੇ ਮਾਤਾ ਪਿਤਾ, ਉਹ ਮੋਡੈਸਟੋ ਦੇ ਵਿੱਚ 1972 ਦੇ ਵਿੱਚ ਆਏ ਸੀਗੇ। ਸੋ ਮੇਰੇ ਬ੍ਰਦਰ ਦੀ ਪੈਦਾਇਸ਼ ਮੋਡੈਸਟੋ ਦੇ ਵਿੱਚ ਹੀ ਹੈ ਅਤੇ ਉੱਥੇ ਅਸੀਂ ਪੜ੍ਹੇ ਲਿਖੇ ਸਕੂਲਾਂ ਦੇ ਵਿੱਚ, ਅਤੇ ਇੱਥੇ ਨੇੜਤਾ ਦੇ ਵਿੱਚ ਹੀ ਸਟਾਕਟਨ ਦੇ ਵਿੱਚ ਯੂਨੀਵਰਸਿਟੀ ਆਫ ਪੈਸੀਫਿਕ, ਉੱਥੇ ਮੈਂ ਆਪਣੀ ਬੈਚਲਰਸ ਅਤੇ ਮਾਸਟਰਸ ਕੀਤੀ, ਅਤੇ ਉਹ ਤੋਂ ਬਾਅਦ ਮੈਨੂੰ ਇਹੀ ਸੀਗਾ ਕਿ ਵਾਪਸ ਮੋਡੈਸਟੋ ਜਾ ਕੇ ਆਪਣੇ ਪਰਿਵਾਰ ਦੀ ਸ਼ੁਰੂਆਤ ਵੀ ਉੱਥੇ ਹੀ ਕਰਾਂ। ਸੋ ਮੇਰੇ ਵਾਈਫ ਉਹ ਵੀ ਇੱਥੋਂ ਹੀ ਪੜ੍ਹ ਕੇ UCSF ਤੋਂ ਡੈਂਟਿਸਟਰੀ ਉਹਨਾਂ ਨੇ ਕੀਤੀ, ਅਤੇ ਅਸੀਂ ਮੋਡੈਸਟੋ ਜਾ ਕੇ ਆਪਣਾ ਪਰਿਵਾਰ ਸ਼ੁਰੂ ਕੀਤਾ। ਸੋ ਸਾਡੇ ਪਰਿਵਾਰ ਦੇ ਵਿੱਚ ਸਾਡੇ 4 ਬੱਚੇ ਹਨ, 2 ਬੇਟੇ 2 ਬੇਟੀਆਂ। ਅਤੇ ਜਦੋਂ ਅਸੀਂ ਦੇਖਿਆ ਕਿ ਹੁਣ ਇੱਥੇ ਹੀ ਸਾਰੀ ਲਾਈਫ ਆਪਣੀ ਫੈਮਿਲੀ ਨੂੰ ਇੱਥੇ ਹੀ ਰੇਜ਼ ਕਰਨਾ, ਅਤੇ ਫਿਰ ਪੋਲੀਟਿਕਸ ਦੇ ਵਿੱਚ ਥੋੜ੍ਹਾ ਜਿਹਾ ਜ਼ਰੂਰੀ ਹੋ ਜਾਂਦਾ ਕਿ ਹਿੱਸਾ ਲਈਏ ਕਿ ਕਿੱਦਾਂ ਸ਼ਹਿਰ ਵੱਧ ਰਿਹਾ, ਕਿਹੜੀਆਂ ਕਿਹੜੀਆਂ ਸਮੱਸਿਆ ਸ਼ਹਿਰ ਦੇ ਵਿੱਚ ਆ ਰਹੀਆਂ ਅਤੇ ਕਿੱਦਾਂ ਤੁਸੀਂ ਹੈਲਪ ਕਰ ਸਕਦੇ ਹਾਂ, ਹਾਊ ਯੂ ਕੈਨ ਬੀ ਏ ਗੁੱਡ ਮੈਂਬਰ ਆਫ ਦ ਕਮਿਊਨਿਟੀ। ਸੋ 2012 ਦੇ ਵਿੱਚ ਮੈਨੂੰ ਪਲੈਨਿੰਗ ਕਮਿਸ਼ਨ ਦੇ ਵਿੱਚ ਅਪੁਆਇੰਟ ਕੀਤਾ ਗਿਆ। 3 ਸਾਲ ਮੈਂ ਪਲੈਨਿੰਗ ਕਮਿਸ਼ਨ ਦੇ ਉੱਤੇ ਸੇਵਾ ਨਿਭਾਈ, 2012 ਤੋਂ ਲੈ ਕੇ 2015 ਦੇ ਵਿੱਚ। 2015 ਦੇ ਵਿੱਚ ਸਿਟੀ ਕਾਊਂਸਲ ਦੀ ਸੀਟ ਓਪਨ ਤਾਂ ਨਹੀਂ ਸੀ, ਪਰ ਇਲੈਕਸ਼ਨ ਜਾਰੀ ਸੀਗੇ, ਇਲੈਕਸ਼ਨ ਕੰਟੈਸਟ ਕੀਤੇ, ਆਲਰੇਡੀ ਕੋ ਜਾਣਾ ਉਸ ਸੀਟ ਦੇ ਉੱਤੇ ਹੈਗਾ ਸੀਗੇ, ਮਤਲਬ ਆਲਰੇਡੀ ਇਨ ਦ ਪੋਜੀਸ਼ਨ, ਦੇਰ ਵਾਜ਼ ਆਲਰੇਡੀ ਐਨ ਇਨਕੰਬੈਂਟ ਇਨ ਦ ਸੀਟ। ਅਤੇ ਉਦੋਂ ਇਹ ਮਤਲਬ ਸਲਾਹ ਹੋ ਸਾਰਿਆਂ ਨਾਲ ਕੀਤੀ ਕਿ ਕਾਊਂਸਲ ਦੇ ਇਲੈਕਸ਼ਨ ਦੇ ਵਿੱਚ ਰਨ ਕੀਤਾ ਜਾਵੇ, ਅਤੇ ਬਹੁਤ ਹੀ ਵਧੀਆ ਸਾਰਿਆਂ ਵੱਲੋਂ ਹਮਾਇਤ ਮਿਲੀ ਅਤੇ ਬਹੁਤ ਹੀ ਵਧੀਆ ਰਿਸਪੋਂਸ ਮਿਲਿਆ। ਇਹ ਮੈਂ ਨੰਬਰ ਕਦੇ ਆਪਣੇ ਵਾਸਤੇ ਨਹੀਂ ਕਹਿੰਦਾ, ਪਰ ਮੈਂ ਇਹਦੇ ਵਾਸਤੇ ਕਹਿੰਦਾ ਕਿ ਕਿੰਨੇ ਲੋਕਾਂ ਨੇ ਉਦੋਂ ਹੈਲਪ ਕੀਤੀ, ਕਿੰਨੀ ਜ਼ੋਰ ਨਾਲ ਉਹਨਾਂ ਨੇ ਸਪੋਰਟ ਕੀਤੀ, ਅਤੇ ਉਹ ਇਲੈਕਸ਼ਨ ਵੀ ਵਨ ਬਾਈ 72% ਆਫ ਦ ਵੋਟ ਇਨ ਦੈਟ ਡਿਸਟ੍ਰਿਕਟ।
And so I've been on the council for now 5 years, mm-hmm. enjoyed every minute of it. ਮੈਨੂੰ ਬਹੁਤ ਵਧੀਆ ਲੱਗਦਾ ਕਿ ਜਿਹੜੇ ਵੀ ਉੱਥੇ ਮੁੱਦੇ ਸ਼ੁਰੂ ਹੁੰਦੇ ਆ ਉਹਨਾਂ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਤੇ ਉੱਥੇ ਮੇਰੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਆ ਕਿ ਸਾਰੀ ਕਮਿਊਨਿਟੀ ਨੂੰ ਨਾਲ ਲੈ ਕੇ ਚੱਲੋ ਇਹ ਨਹੀਂ ਕਿ ਆਪਣੀ ਇੰਟਰਸਟ ਦੇਖੋ ਤੁਸੀਂ ਸਾਰੀ ਕਮਿਊਨਿਟੀ ਦੇ ਇੰਟਰਸਟ ਦੇਖੋ ਸੋ ਉਹ ਪਿਛਲੇ 5 ਸਾਲਾਂ ਤੋਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਫਿਰ ਇਹ ਜਿਹੜੀ ਸੀਟ ਹੈ ਇਹਦੇ ਹੀ ਅਸੀਂ ਮਤਲਬ ਸਾਰੇ ਭਾਈਚਾਰੇ ਨਾਲ ਆਪਣੇ ਪਰਿਵਾਰ ਨਾਲ ਸਰਾਹ ਕਰਕੇ 2017 ਦੇ ਵਿੱਚ ਇਹ ਕੈਂਪੇਨ ਸ਼ੁਰੂ ਕੀਤੀ ਸੀਗੀ ਤੇ ਹੁਣ 3 ਸਾਲ ਤੋਂ ਇਹ ਕੈਂਪੇਨ ਚੱਲ ਰਹੀ ਹੈ ਤੇ ਇਹਦਾ ਜਿਹੜਾ ਨਤੀਜਾ ਉਹ 4-5 ਦਿਨਾਂ ਦੇ ਵਿੱਚ ਮਤਲਬ ਉਹਦੇ ਰਿਜ਼ਲਟ ਨਿਕਲ ਜਾਣੇ ਆ ਮੈਂ ਸਭ ਤੋਂ ਵੱਡੀ ਮੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਹਰੇਕ ਨੇ ਇਹ ਕੈਂਪੇਨ ਨੂੰ ਆਪਣੀ ਕੈਂਪੇਨ ਸਮਝ ਕੇ ਮਤਲਬ ਹੈਲਪ ਕੀਤੀ ਹੈ ਕਿਸੇ ਨੇ ਇਹ ਨਹੀਂ ਸਮਝਿਆ ਕਿ ਮੈਨੀ ਗਰੇਵਾਲ ਦੀ ਹੈਲਪ ਹੈ ਜਾਂ ਗਰੇਵਾਲ ਪਰਿਵਾਰ ਦੀ ਹੈਲਪ ਹੈ ਉਹਨਾਂ ਨੇ ਸੱਚਮੁੱਚ ਇਹ ਜਾਣਿਆ ਕਿ ਜੇ ਇਹ ਮੌਕਾ ਸਾਨੂੰ ਮਿਲਦਾ ਤੇ ਸਾਰੀ ਕਮਿਊਨਿਟੀ ਦੀ ਇਹਦੇ ਵਿੱਚ ਜਿੱਤ ਹੈ ਯੈਸ ਐਂਡ ਦਿਸ ਇਜ਼ ਟਰੂ ਇੱਕ ਗੁਰਸਿੱਖ ਹੋ ਕੇ ਤੁਸੀਂ ਫੁੱਲ ਸਰੂਪ ਵਿੱਚ ਗਵਰਨਮੈਂਟ ਯੂਨਾਈਟਡ ਸਟੇਟਸ ਗਵਰਨਮੈਂਟ ਵਿੱਚ ਇੰਨੀ ਦੇਰ ਤੋਂ ਮੌਜੂਦ ਹੋ ਤੇ ਹੁਣ ਤੁਸੀਂ ਸਟੇਟ ਸੈਨੇਟ ਵਿੱਚ ਪਹੁੰਚ ਰਹੇ ਹੋ ਵਟ ਮੇਡ ਯੂ ਡਿਸਾਈਡ ਟੂ ਮੇਕ ਦ ਸਵਿਚ ਫਰੋਮ ਕਾਉਂਸਲਮੈਨ ਟੂ ਸਟੇਟ ਸੈਨੇਟ ਨਾਓ ਮੇਰੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਵੀ ਗ੍ਰੈਸ ਰੂਟਸ ਤੋਂ ਕੋਈ ਵੀ ਕੰਮ ਹੈ ਅਸੀਂ ਜਿਹੜਾ ਸਾਡਾ ਬਿਜ਼ਨਸ ਵੀ ਹੈ ਡੈਂਟਿਸਟਰੀ ਦੇ ਵਿੱਚ ਵੀ ਆ ਫਾਰਮਿੰਗ ਦੇ ਵਿੱਚ ਵੀ ਆ ਹੋਰ ਕਮਰਸ਼ਲ ਰੀਅਲ ਇਸਟੇਟ ਹਾਸਪਿਟੈਲਿਟੀ ਦੇ ਵਿੱਚ ਆ ਮੇਰੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਵੀ ਚੀਜ਼ ਹੈ ਨਾ ਪਹਿਲਾਂ ਉਹਦੀ ਫਾਊਂਡੇਸ਼ਨ ਤੋਂ ਸ਼ੁਰੂ ਕਰੋ ਪਹਿਲਾਂ ਉਹ ਦੇਖੋ ਵੀ ਕਿਸ ਤਰ੍ਹਾਂ ਉਹ ਚੀਜ਼ ਦੇ ਮਤਲਬ ਕਿਹੜੀਆਂ ਚੀਜ਼ਾਂ ਤੁਸੀਂ ਸਿੱਖ ਸਕਦੇ ਹੋ ਇੱਕ ਸਿੱਖਿਅਕ ਬਣ ਕੇ ਤੁਸੀਂ ਕੋਸ਼ਿਸ਼ ਕਰੋ ਸੋ ਇਸੇ ਤਰ੍ਹਾਂ ਮੈਂ ਜਦੋਂ ਇਹ ਪੋਜੀਸ਼ਨ ਰਨ ਕਰਨ ਤੋਂ ਪਹਿਲਾਂ ਮੈਂ ਜ਼ਰੂਰੀ ਸਮਝੇਗਾ ਕਿ ਕਮਿਸ਼ਨਰ ਲੈਵਲ ਤੋਂ ਜਾਂ ਕਮਿਸ਼ਨਰ ਤੋਂ ਵੀ ਪਹਿਲਾਂ ਨੇਬਰਹੁੱਡਸ ਦੇ ਵਿੱਚ ਇਨਵੋਲਵ ਹੋਣਾ ਕੋਈ ਵੀ ਪਾਰਕ ਕਲੀਨ ਅਪ ਹੋਣੀ ਕੋਈ ਵੀ ਗੱਲ ਜਿਹੜੀ ਕਮਿਊਨਿਟੀ ਨੂੰ ਇਨਵੋਲਵ ਕਰਦੀ ਹੈ ਉੱਥੋਂ ਤੁਸੀਂ ਆਪਣੀ ਮਤਲਬ ਨੇਬਰਹੁੱਡ ਵਾਚ ਜਾਂ ਹੋਰ ਵੀ ਚੀਜ਼ਾਂ ਉਹਦੇ ਵਿੱਚ ਤੁਸੀਂ ਪਹਿਲਾਂ ਇਨਵੋਲਵ ਹੋ ਫਿਰ ਕਮਿਸ਼ਨ ਦੇ ਵਿੱਚ ਫਿਰ ਕਾਉਂਸਲ ਦੇ ਵਿੱਚ ਤੇ ਹੁਣ ਮੈਨੂੰ ਇਹ ਲੱਗਦਾ ਵੀ ਮੇਰਾ ਇੰਨਾ ਕੁ ਐਕਸਪੀਰੀਅੰਸ ਹੋ ਚੁੱਕਿਆ ਬਿਜ਼ਨਸ ਦੇ ਵਿੱਚ ਤੇ ਪੋਲਿਟਿਕਸ ਦੇ ਵਿੱਚ ਕਿ ਸਟੇਟ ਲੈਵਲ ਤੇ ਜਿਹੜੀਆਂ ਸਾਡੇ ਡਿਸਟ੍ਰਿਕਟਾਂ ਨੂੰ ਮਤਲਬ ਮੁਸ਼ਕਲ ਹੈ ਸਾਡੀ ਕਮਿਊਨਿਟੀ ਨੂੰ ਮੁਸ਼ਕਲ ਹੈ ਉਹ ਮੈਂ ਉੱਥੇ ਜਾ ਕੇ ਇੱਕ ਵਧੀਆ ਰੈਪਰੈਜ਼ੈਂਟੇਟਿਵ ਹੋਣ ਦੇ ਨਾਤੇ ਸਾਰਿਆਂ ਨੂੰ ਰੈਪਰੈਜ਼ੈਂਟ ਕਰ ਸਕਦਾ ਐਂਡ ਪਲੀਜ਼ ਸਾਡੀ ਆਡੀਅੰਸ ਨੂੰ ਇਹ ਵੀ ਦੱਸੋ ਕਿ ਤੁਹਾਡੇ ਡਿਸਟ੍ਰਿਕਟ ਡਿਸਟ੍ਰਿਕਟ 5 ਵਿੱਚ ਕੀ ਸ਼ਹਿਰ ਆਉਂਦੇ ਆ ਸੋ ਡਿਸਟ੍ਰਿਕਟ 5 ਇਹ ਅਸ਼ਮਿਤਾ ਜੀ ਜਿਹੜੇ ਵੀ ਸੈਨੇਟ ਡਿਸਟ੍ਰਿਕਟ ਹੈ ਤਕਰੀਬਨ 1 ਮਿਲੀਅਨ ਲੋਕਾਂ ਦੀ ਕੰਸਟੀਚੂਐਂਸੀ ਹੁੰਦੀ ਹੈ ਤੇ ਉਹਦੇ ਵਿੱਚ ਕਾਫੀ ਸ਼ਹਿਰ ਆ ਜਾਂਦੇ ਆ ਸੋ ਜੇ ਆਪਾਂ ਡਿਸਟ੍ਰਿਕਟ 5 ਹੀ ਲਈਏ ਮੋਡੈਸਟੋ ਤੋਂ ਸ਼ੁਰੂ ਹੋ ਕੇ ਰਿਪਨ ਰਿਵਰ ਬੈਂਕ ਐਸਕਲੋਨ ਲੇਥਰੋਪ ਜਿੱਥੇ ਆਪਾਂ ਅੱਜ ਬੈਠੇ ਹਾਂ ਤੇ ਸਾਡੇ ਵੀਰ ਸਨੀ ਧਾਰੀਵਾਲ ਇੰਨੇ ਸਾਲਾਂ ਤੋਂ ਮੇਅਰ ਦੀ ਤੌਰ ਤੇ ਸੇਵਾ ਨਿਭਾ ਰਹੇ ਹਾਂ ਟ੍ਰੇਸੀ ਮਾਊਂਟਨ ਹਾਊਸ ਸਟਾਕਟਨ ਇਜ਼ ਦ ਬਿਗੈਸਟ ਸਿਟੀ ਤੇ ਇਹ ਗੱਲ ਮੈਂ ਜ਼ਰੂਰ ਇਹਦੇ ਵਿੱਚ ਜ਼ਰੂਰ ਕਹਿਣਾ ਚਾਹੂੰਗਾ ਕਿ ਮੈਂ ਆਪਣੇ ਮਤਲਬ ਇੱਕ ਸੁਭਾਗ ਸਮਝਦਾ ਬਹੁਤ ਵੱਡੀ ਮਤਲਬ ਮੇਰੇ ਵਾਸਤੇ ਪ੍ਰਾਊਡ ਮੂਮੈਂਟ ਹੈ ਅਤੇ ਇਨਕਰੇਜਮੈਂਟ ਹੈ ਕਿ ਜਿੱਥੋਂ ਅੱਜ ਤੋਂ 100 ਸਾਲ ਪਹਿਲਾਂ ਸਾਡੇ ਗਦਰੀ ਬਾਬੇ ਸਾਡੇ ਬਜ਼ੁਰਗ ਆ ਕੇ ਉਹਨਾਂ ਨੇ ਆਪਣੀ ਅਮਰੀਕਾ ਦੇ ਵਿੱਚ ਇੱਕ ਹੋਂਦ ਪੈਦਾ ਕੀਤੀ ਅਤੇ ਉਹ ਹੋਂਦ ਨੂੰ ਵਾਪਸ ਲੈ ਕੇ ਇੰਡੀਆ ਤੱਕ ਜਾ ਕੇ ਆਜ਼ਾਦੀ ਲਈ ਲੜੇ ਉਹ ਡਿਸਟ੍ਰਿਕਟ ਰੈਪ੍ਰਜੈਂਟ ਕਰਨ ਦਾ ਮੌਕਾ ਸਾਰਿਆਂ ਨੂੰ ਮਿਲ ਰਿਹਾ ਮੈਨੂੰ ਮਿਲ ਰਿਹਾ ਸਾਡੀ ਕਮਿਊਨਿਟੀ ਨੂੰ ਮਿਲ ਰਿਹਾ ਸੋ ਸਟਾਕਟਨ ਇਜ਼ ਦ ਬਿਗੈਸਟ ਸਿਟੀ ਇਨ ਦ ਡਿਸਟ੍ਰਿਕਟ ਐਂਡ ਦੈਨ ਯੂ ਹੈਵ ਲੋਡਾਏ ਐਂਡ ਗਾਲਟ ਸੋ ਇਟਸ ਜਿਹੜਾ ਇਹ ਡਿਸਟ੍ਰਿਕਟ ਹੁੰਦਾ ਤਕਰੀਬਨ 1.5 ਕਾਉਂਟੀਜ਼ ਆਰ ਯੂਜ਼ਲੀ ਇਨ ਕਵਰਡ ਇਨ ਇਟ ਐਂਡ ਅਬਾਊਟ 1 ਮਿਲੀਅਨ ਪੀਪਲ ਐਸ ਫਾਰ ਐਸ ਕੰਸਟੀਚੂਐਂਸੀ ਗੁੱਡ ਗੱਲ ਇਦਾਂ ਹੀ ਜਾਰੀ ਰਹੇਗੀ ਤੇ ਹੋਰ ਜਾਣਕਾਰੀ ਲੈਂਦੇ ਆ ਮੈਨੀ ਗਰੇਵਾਲ ਤੋਂ ਕਿਉਂ ਇਸ ਸੀਟ ਲਈ ਖੜੇ ਹੋਏ ਕਿਸ ਇਸ਼ੂਜ਼ ਤੇ ਇਹ ਲੜਨਗੇ ਸਾਡੀ ਕਮਿਊਨਿਟੀ ਲਈ ਆਪਣੇ ਡਿਸਟ੍ਰਿਕਟ ਵਿੱਚ ਤੇ ਕੌਣ ਕੌਣ ਇਹਨਾਂ ਨੂੰ ਸਪੋਰਟ ਕਰਿਆ ਇਸ ਵੇਲੇ ਇਹਨਾਂ ਦੀ ਫਾਈਟ ਲਈ ਫਾਰ ਸਟੇਟ ਸੈਨੇਟਰ ਫਾਰ ਡਿਸਟ੍ਰਿਕਟ 5 ਇਨ ਕੈਲੀਫੋਰਨੀਆ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕੈਲੀਫੋਰਨੀਆ ਡਿਸਟ੍ਰਿਕਟ 5 ਦੀ ਸਟੇਟ ਸੈਨੇਟ ਇਲੈਕਸ਼ਨ ਬਾਰੇ ਜਿਹਦੀ ਵੋਟ ਮਾਰਚ 3 ਨੂੰ ਪੈ ਰਹੀ ਹੈ ਵਿਚ ਇਜ਼ ਨੈਕਸਟ ਟਿਊਜ਼ਡੇ ਤੁਹਾਨੂੰ ਥੋੜ੍ਹਾ ਜਿਹਾ ਦੱਸਦੇ ਹਾਂ ਜੋ ਸਾਡੀ ਕਮਿਊਨਿਟੀ ਤੋਂ ਖੜੇ ਹੋਏ ਇਸ ਸੀਟ ਲਈ ਮੈਨੀ ਗਰੇਵਾਲ ਬਾਰੇ ਮਿਸਟਰ ਗਰੇਵਾਲ ਵੈਲਕਮ ਟੂ ਦ ਪ੍ਰੋਗਰਾਮ ਅਗੈਨ ਗੱਲ ਸਾਡੀ ਹੋ ਰਹੀ ਸੀ ਤੁਹਾਡੀ ਬੈਕਗਰਾਊਂਡ ਬਾਰੇ ਤੁਸੀਂ ਕਿਸ ਤਰ੍ਹਾਂ ਪੋਲੀਟਿਕਸ ਵਿੱਚ ਸ਼ੁਰੂ ਹੋਏ ਅਤੇ ਤੁਹਾਡੀ ਫੈਮਿਲੀ ਦੀ ਹਿਸਟਰੀ ਇਸ ਕੰਟਰੀ ਵਿੱਚ ਯੂ ਆਰ ਏ ਲਾਈਫ ਲੋਂਗ ਰੈਜ਼ੀਡੈਂਟ ਆਫ ਮੋਡੈਸਟੋ ਵਿਚ ਇਜ਼ ਵਨ ਆਫ ਦ ਟਾਊਨਸ ਇਨ ਯੂਰ ਡਿਸਟ੍ਰਿਕਟ ਤੁਹਾਡੇ ਕੋਲ ਬੜੀ ਗ੍ਰੈਸ ਰੂਟਸ 'ਤੇ ਬੜੀ ਫੈਲੀ ਹੋਈ ਸਪੋਰਟ ਮੂਵਮੈਂਟ ਹੈ ਇਨਕਲੂਡਿੰਗ ਮੇਅਰ ਸਨੀ ਧਾਲੀਵਾਲ ਫਰੋਮ ਲੈਥਰੋਪ ਟੈਲ ਅਸ ਅ ਲਿਟਲ ਬਿਟ ਮੋਰ ਅਬਾਊਟ ਇਸ ਵੇਲੇ ਤੁਹਾਨੂੰ ਕੌਣ ਕੌਣ ਸਪੋਰਟ ਕਰ ਰਿਹਾ ਬੋਥ ਫਰੋਮ ਦ ਕਮਿਊਨਿਟੀ ਐਂਡ ਆਲਸੋ ਅਫੀਸ਼ੀਅਲ ਆਰਗਨਾਈਜੇਸ਼ਨਸ ਯੈਸ ਸੋ ਜਿਹੜੀ ਆਪਾਂ ਗੱਲ ਕਰੀਏ ਕਿ ਸਪੋਰਟ ਦੀ ਇਟਸ ਓਵਰਵੈਲਮਿੰਗ ਆਈ ਮੀਨ ਕੈਂਡੀਡੇਟ ਵਾਸਤੇ
सब तो वड्डी गल हुंदी है भी जिहड़ा ग्रैस रूट सपोर्ट है उहदे विच मतलब तुहानू आप इनकरेजमेंट कई बार तुसीं आप सोचते हो भी इदां किदां करना है इदां फिर तुहाडे कोल सलाह करन नूं गल्लां बातां करन नूं बिकॉज कैंडिडेट्स कैंपेन्स आर टफ एंड फॉर अ स्टेट सेनेट कैंपेन इट्स इमोशनल draining, it's physically draining, there's a financial aspect to it. So sari cheez di tuhanu support chahiye kai bande tuhanu idde chahiye jinna nu tuhi call karke jis kai vari venting ja unna na gal baat karke kyunki harek da nazariya alahda alahda hunda te oh tuhanu koi na koi gal is tarah da dass sakda jivein veer ji honiya inna nu main call karke dekho ji tuhade letrup de vich kede issues hai jehde main dass sakda jadon main letrup walk kar raha ja kise organization nu milda ਅਤੇ ਜਿਹੜੀ ਆਪਾਂ ਬਾਹਰ ਦੀ ਸਪੋਰਟ ਦੀ ਗੱਲ ਕਰੀਏ ਸਭ ਤੋਂ ਵੱਡੀ ਸਪੋਰਟ ਹੁੰਦੀ ਹੈ ਮਤਲਬ ਆਪਟਿਕਸ ਦੇ ਲਈ ਜਿਹੜੇ ਕੈਂਡੀਡੇਟ ਜਿਹੜੇ ਕਰਨ ਲਈ ਉਹ ਸੀਟ ਨੂੰ ਆਕੂਪਾਈ ਕਰ ਰਹੇ ਸੋ ਕੈਥਲੀਨ ਗੈਲਜੀਆਨੀ ਉਹ ਕਰਨ ਲਈ ਇਸ ਸੀਟ ਦੇ ਸੈਨੇਟਰ ਹੈ ਸ਼ੀ ਇਜ਼ ਬਿਨ ਫੋਰ ਦ ਲਾਸਟ 12 ਈਅਰਸ ਅਤੇ ਉਹਨਾਂ ਦੀ ਜਿਹੜੀ ਹਮਾਇਤ ਹੈ ਉਹਨਾਂ ਦੀ ਇੰਡੋਰਸਮੈਂਟ ਉਹ ਕਾਫੀ ਜ਼ਰੂਰੀ ਸੀਗੀ ਮੇਰੇ ਲਈ ਕਿਉਂਕਿ ਉਦੋਂ ਤੁਹਾਨੂੰ ਇੱਕ ਕਿਸਮ ਦੀ ਕ੍ਰੈਡੀਬਿਲਟੀ ਮਿਲ ਜਾਂਦੀ ਹੈ ਕਿ ਜਿਹੜੇ ਮਤਲਬ ਸੈਨੇਟਰ ਇਸ ਟਾਈਮ ਹੈ ਉਹ ਇਸ ਕੈਂਡੀਡੇਟ ਦੀ ਹਮਾਇਤ ਕਰ ਰਹੇ ਸੋ ਉਸ ਤੋਂ ਬਾਅਦ ਇਹ ਡਿਸਟ੍ਰਿਕਟ ਦੇ ਵਿੱਚ ਲਾਅ ਇਨਫੋਰਸਮੈਂਟ ਕਾਫੀ ਇੰਪੋਰਟੈਂਟ ਹੈ ਹਰੇਕ ਮਤਲਬ ਸਿਟੀਜ਼ਨ ਜੋ ਇਹ ਡਿਸਟ੍ਰਿਕਟ ਦੇ ਵਿੱਚ ਰਹਿੰਦਾ ਉਹਨਾਂ ਨੂੰ ਇਹ ਹੈ ਵੀ ਉਹਨਾਂ ਦੀ ਪਰਿਵਾਰ ਦੀ ਸੇਫਟੀ ਉਹਨਾਂ ਦੇ ਬੱਚਿਆਂ ਦੀ ਸੇਫਟੀ ਆਪ ਦੀ ਸੇਫਟੀ ਸੋ ਲਾਅ ਇਨਫੋਰਸਮੈਂਟ ਕਾਫੀ ਪਿਵਟਲ ਰੋਲ ਇਹ ਪ੍ਰੋਮੀਨੈਂਟ ਰੋਲ ਇਹ ਡਿਸਟ੍ਰਿਕਟ ਦੇ ਵਿੱਚ ਪਲੇ ਕਰਦੀ ਆ ਸੋ ਦੋਨੇ ਡਿਸਟ੍ਰਿਕਟ ਦੇ ਸ਼ੈਰਫਸ ਜਿਹੜੇ ਟਾਪ ਲਾਅ ਇਨਫੋਰਸਮੈਂਟ ਆਫਿਸਰਸ ਹੈ ਸਾਰੇ ਜਿਹੜੇ ਪੁਲਿਸ ਯੂਨੀਅਨਸ ਹੈ ਸਟੇਟ ਦੇ ਵਿੱਚ ਉਹਨਾਂ ਦੀ ਸਪੋਰਟ ਜਿਹੜੇ ਅਸੈਂਬਲੀ ਮੈਂਬਰਸ ਹੈ ਆਬਵੀਅਸਲੀ ਅਦਰ ਦੈਨ ਮਾਈ ਅਪੋਨੈਂਟ ਜਿਹੜੇ ਦੋਨੇ ਅਸੈਂਬਲੀ ਮੈਂਬਰ ਇਹ ਡਿਸਟ੍ਰਿਕਟ ਦੇ ਹੈ ਉਹਨਾਂ ਨੇ ਵੀ ਮੈਨੂੰ ਹੀ ਇੰਡੋਰਸ ਕੀਤਾ ਅਤੇ ਕਾਫੀ ਮੇਅਰਸ ਕਾਉਂਸਲ ਮੈਂਬਰਸ ਕਮਿਊਨਿਟੀ ਲੀਡਰਸ ਉਹਨਾਂ ਨੇ ਵੀ ਇੰਡੋਰਸ ਕੀਤਾ ਇੱਕ ਫਾਇਰ ਫਾਈਟਰਸ ਦੀ ਮਤਲਬ ਇੰਡੋਰਸਮੈਂਟ ਕਾਫੀ ਕੋਈ ਵੀ ਇਲੈਕਸ਼ਨ ਹੈ ਫਾਇਰ ਫਾਈਟਰ ਐਵਰੀਬਡੀ ਰਿਸਪੈਕਟਸ ਦਮ ਛੋਟੇ ਬੱਚੇ ਨੂੰ ਪੁੱਛੋ ਤੁਸੀਂ ਉਹ ਸਾਰੇ ਕਹਿੰਦੇ ਵੱਡੇ ਹੋ ਕੇ ਫਾਇਰ ਫਾਈਟਰ ਬਣਨਾ ਸੋ ਉਹਦੇ ਨਾਲ ਵੀ ਕਾਫੀ ਸਪੋਰਟ ਮਿਲ ਜਾਂਦੀ ਹੈ ਕਿਉਂਕਿ ਉਹ ਆਪਣੀ ਕਮਿਊਨਿਟੀ ਨੂੰ ਸੇਫ ਰੱਖਦੇ ਆ ਅਤੇ ਹੋਰ ਜਿਹੜੇ ਬਿਜ਼ਨਸ ਗਰੁੱਪਸ ਹੈ ਐਗਰੀਕਲਚਰਲ ਗਰੁੱਪਸ ਹੈ ਉਹਨਾਂ ਦੀ ਕਾਫੀ ਹਮਾਇਤ ਹੈ ਪਰ ਮੈਂ ਹਮੇਸ਼ਾ ਇਹ ਕਹਿੰਦਾ ਵੀ ਉਹਨਾਂ ਦੀ ਹਮਾਇਤ ਜ਼ਰੂਰੀ ਹੈ ਲੋੜ ਹੈ ਪਰ ਜਿਹੜੀ ਨਾ ਜਿਵੇਂ ਆਪਾਂ ਕਹਿ ਲੈਂਦੇ ਪਰਿਵਾਰਾਂ ਦੀ ਜਿਹੜੀ ਹਮਾਇਤ ਹੈ ਜਾਂ ਜਿਹੜੇ ਨੇਬਰਸ ਹੈ ਤੁਹਾਡੇ ਕਮਿਊਨਿਟੀ ਮੈਂਬਰਸ ਹੈ ਉਹ ਸਭ ਤੋਂ ਵੱਡੀ ਹੁੰਦੀ ਹੈ ਕਿਉਂਕਿ ਉਹ ਇੱਕ ਕਿਸਮ ਦੀ ਉਹਨਾਂ ਲਈ ਪ੍ਰਾਊਡ ਮੂਮੈਂਟ ਹੁੰਦਾ ਕਿ ਕੈਂਡੀਡੇਟ ਸਾਡੇ ਨਾਲ ਰਿਲੇਟ ਕਰ ਰਿਹਾ ਕੈਂਡੀਡੇਟ ਜਿੱਦਾਂ ਦੀ ਸਾਡੀ ਸੋਚ ਹੈ ਉੱਦਾਂ ਦੀ ਉਹ ਸੋਚ ਰੱਖ ਰਿਹਾ ਸੋ ਉਹ ਇੰਡੋਰਸਮੈਂਟ ਕਿਸੇ ਚੀਜ਼ ਨਾਲੋਂ ਘੱਟ ਨਹੀਂ ਹੁੰਦੀ ਕਿਉਂਕਿ ਉਹਦੇ ਵਿੱਚ ਜਿਵੇਂ ਆਪਾਂ ਮਤਲਬ ਮੈਂ ਵਰਡ ਯੂਜ਼ ਕਰਦਾ ਆਪਣੇ ਬਜ਼ੁਰਗਾਂ ਨੂੰ ਪਤਾ ਵੀ ਇੱਕ ਜਿਹੜੀ ਤੁਹਾਡੀ ਖੁੰਡ ਚਰਚਾ ਹੁੰਦੀ ਹੈ ਨਾ ਉਹ ਆਪਣੇ ਪਰਿਵਾਰਾਂ ਦੇ ਵਿੱਚ ਹੀ ਹੁੰਦੀ ਹੈ ਉਹ ਜ਼ਰੂਰੀ ਹੈ ਉਹ ਮਤਲਬ ਜਿਹੜੀ ਇੰਥੂਜ਼ੀਆਜ਼ਮ ਹੈ ਜਾਂ ਉਹ ਜਿਹੜਾ ਜੋਸ਼ ਹੈ ਜਾਂ ਜਿਹੜਾ ਜਨੂਨ ਸਾਰੀ ਕਮਿਊਨਿਟੀ ਦਾ ਰਲ ਕੇ ਹੁੰਦਾ ਨਾ ਉਹ ਕੈਂਪੇਨਾਂ ਦੇ ਵਿੱਚ ਡਿਫਰੈਂਸ ਬਣਾ ਦਿੰਦਾ ਵੀ ਕਿਹੜੀ ਮਤਲਬ ਮੋਮੈਂਟਮ ਜਿਹਦੀ ਕੈਂਪੇਨ ਦੇ ਪਿੱਛੇ ਹੈ ਅਤੇ ਕਿਹੜੀ ਕੈਂਪੇਨ ਦੇ ਪਿੱਛੇ ਨਹੀਂ ਮੋਮੈਂਟਮ ਹੈਗਾ ਅਤੇ ਜਦੋਂ ਕਮਿਊਨਿਟੀ ਦੀ ਸਪੋਰਟ ਆਉਂਦੀ ਹੈ ਸਾਡੇ ਨਾਲ ਅੱਜ ਲਾਈਵ ਆਡੀਅੰਸ ਵੀ ਮੌਜੂਦ ਹਨ ਉਹਨਾਂ ਤੋਂ ਵੀ ਪੁੱਛਾਂਗੇ ਉਹਨਾਂ ਦੇ ਸਵਾਲ ਮੈਨੀ ਗਰੇਵਾਲ ਲਈ ਬਟ ਮੈਨੀ ਤੁਸੀਂ ਖੜੇ ਹੋਏ ਹੋ ਡੈਮੋਕ੍ਰੈਟਿਕ ਪਲੈਟਫਾਰਮ ਵਿੱਚ ਐਜ਼ ਅ ਮਾਡਰੇਟ ਰਾਈਟ ਇਸ ਵੇਲੇ ਇਸ ਮੁਲਕ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਈਅਰ ਹੈਗਾ ਐਂਡ ਦੇਰ ਇਜ਼ ਅ ਬਿਗ ਬਿਗ ਫਾਈਟ ਅਬਾਊਟ ਡੈਮੋਕ੍ਰੈਟਸ ਟੂ ਫਾਰ ਲੈਫਟ ਟੂ ਫਾਰ ਰਾਈਟ ਯੂ ਨੋ ਐਂਡ ਐਕਚੁਅਲੀ ਦੇਰ ਇਜ਼ ਅ ਲੈਕ ਆਫ ਮਾਡਰੇਟਸ ਮਾਡਰੇਟ ਕੈਂਡੀਡੇਟਸ ਦੀ ਬਹੁਤ ਹੀ ਜ਼ਿਆਦਾ ਕਮੀ ਹੈਗੀ ਇਸ ਵੇਲੇ ਸਪੈਸ਼ਲੀ ਡੈਮੋਕ੍ਰੈਟਿਕ ਪਾਰਟੀ ਵਿੱਚ ਸਾਨੂੰ ਦੱਸੋ ਇਸ ਪਲੈਟਫਾਰਮ ਬਾਰੇ ਤੁਸੀਂ ਇਸ ਆਪਣੇ ਆਪ ਨੂੰ ਇਸ ਲੇਬਲ ਦੇ ਨਾਲ ਕਿਉਂ ਜੋੜਿਆ ਕਿਉਂਕਿ ਅਸ਼ਮਿਤਾ ਜੀ ਜੇ ਆਪਾਂ ਸੱਚ ਦੇਖੀਏ ਤਾਂ 80% ਲੋਕ ਮਾਡਰੇਟ ਦੇ ਵਿੱਚ ਹੀ ਫਾਲ ਹੁੰਦੇ ਆ 10% ਦੋਨੇ ਫ੍ਰਿੰਜਸ ਦੇ ਵਿੱਚ ਹੈ ਜਿਹੜੇ ਜ਼ਿਆਦਾ ਐਕਸਟ੍ਰੀਮ ਹੈ ਜਾਂ ਜ਼ਿਆਦਾ ਪ੍ਰੋਗਰੈਸਿਵ ਹੈ ਸੋ ਜਿਹੜੀ ਮੋਸਟ ਤੁਸੀਂ ਵੀਰ ਜੀ ਸ਼ਾਇਦ ਮੇਰੇ ਨਾਲ ਅਗਰੀ ਕਰੋ ਕਿ ਮੋਸਟ ਜਿਹੜੀ ਪਬਲਿਕ ਹੈ ਉਹ ਇਹ 80% ਜਿਹੜਾ ਰੈਲਮ ਹੈ ਇਟਸ ਇਨ ਅ ਮਾਡਰੇਟ ਰੈਲ ਕੀ ਮੰਗਦੇ ਆ ਆਪਣੇ ਪਰਿਵਾਰਾਂ ਲਈ ਕਿ ਸਾਡੇ ਪਰਿਵਾਰ ਦੀ ਮਤਲਬ ਉਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨ ਸੇਫ ਫੀਲ ਕਰਨ ਉਹਨਾਂ ਦੇ ਆਪਰਚੁਨਿਟੀ ਹੋਣ ਹੁਣ ਆਪਾਂ ਸਾਰੇ ਇਮੀਗ੍ਰੈਂਟਸ ਕਮਿਊਨਿਟੀ ਦੇ ਵਿੱਚੋਂ ਆਏ ਹਾਂ ਆਪਣੇ ਜਿਹੜੇ ਵੱਡੇ ਵਡੇਰੇ ਸੀਗੇ ਇੱਥੇ ਕਿਉਂ ਆਏ ਕਿ ਲਾਈਫ ਇੱਥੇ ਹੋਰ ਵਧੀਆ ਕਰ ਸਕਦੇ ਆ ਇੱਥੇ ਆਪਰਚੁਨਿਟੀ ਹੈ ਸੋ ਉਹ ਆਪਰਚੁਨਿਟੀ ਕਿੱਦਾਂ ਮਿਲਦੀ ਹੈ ਜੇ ਤੁਸੀਂ ਮਿਡਲ ਕਲਾਸ ਨੂੰ ਟੈਕਸਿਸ ਦੇ ਨਾਲ ਬਰਡਨ ਕਰੀ ਜਾਓ ਜਾਂ ਹੋਰ ਰੈਗੂਲੇਸ਼ਨ ਬਰਡਨ ਕਰੀ ਜਾਓ ਉਹ ਫਿਰ ਹੋਰ ਕਿਤੇ ਚਲੇ ਜਾਂਦੀ ਹੈ ਹੁਣ ਅਸੀਂ ਕੈਲੀਫੋਰਨੀਆ ਦੇ ਵਿੱਚ ਦੇਖ ਰਹੇ ਹਾਂ ਲੋਕ ਕੈਲੀਫੋਰਨੀਆ ਦੇ ਵਿੱਚੋਂ ਆ ਨਹੀਂ ਰਹੇ ਜਾ ਰਹੇ ਹੈ ਕਿਉਂ ਕਿਉਂਕਿ
ਇੱਥੇ ਲਿਵਿੰਗ ਐਕਸਪੈਂਸ ਹੋ ਰਹੀ ਹੈ ਆਪਣੇ ਪਰਿਵਾਰ ਆਪਣੇ ਪਰਿਵਾਰਾਂ ਵਾਸਤੇ ਫਿਰ ਵੀ ਥੋੜ੍ਹਾ ਜਿਹਾ ਡਿਫਰੈਂਟ ਹੈ ਕਿਉਂਕਿ ਆਪਾਂ ਸਾਰੇ ਹਾਰਡ ਵਰਕਿੰਗ ਹੈ ਕਾਫੀ ਮਸ਼ਕਤਾਂ ਕਰਦੇ ਹਾਂ ਜੇ ਇੱਕ ਸ਼ਿਫਟ ਨਾਲ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਤਾਂ ਦੋ ਦੋ ਸ਼ਿਫਟਾਂ ਲਾਉਂਦੇ ਹਾਂ ਆ ਮੇਰੇ ਕਾਫੀ ਵੀਰ ਟਰੱਕਿੰਗ ਦੇ ਵਿੱਚ ਹੈ ਜੇ ਮਤਲਬ ਲੋਕ 4 ਦਿਨ ਕੰਮ ਕਰਦੇ ਆ ਉਹ 6 ਦਿਨ ਕੰਮ ਕਰਦੇ ਆ ਸੋ ਆਪਾਂ ਫਿਰ ਵੀ ਐਡਜਸਟ ਕਰ ਲੈਂਦੇ ਹਾਂ ਕਿਉਂਕਿ ਆਪਾਂ ਆਪਣੇ ਖਰਚੇ ਘਟਾ ਲੈਂਦੇ ਹਾਂ ਜਦੋਂ ਆਪਾਂ ਦੇਖੇ ਵੀ ਸਾਨੂੰ ਹੋਰ ਕੋਈ ਵੱਡੇ ਖਰਚੇ ਆ ਰਹੇ ਨਾ ਆਪਾਂ ਹੋਰ ਚੀਜ਼ 'ਤੇ ਸੰਕੋਚ ਕਰ ਲੈਂਦੇ ਹਾਂ ਪਰ ਜਿਹੜੀ ਕਈ ਵਾਰੀ ਵੈਸਟਰਨ ਕਮਿਊਨਿਟੀ ਆ ਉਹਨਾਂ ਲਈ ਬਹੁਤ ਮੁਸ਼ਕਲ ਹੋ ਰਿਹਾ ਕਿਉਂਕਿ ਉਹਨਾਂ ਦੀ ਜਿਹੜੀ ਮਤਲਬ ਲਾਈਫ ਸਟਾਈਲ ਬਣ ਚੁੱਕਿਆ ਵੀ ਬਾਹਰ ਵੀ ਰੈਸਟੋਰੈਂਟ ਦੇ ਵਿੱਚ ਵੀ 2-3 ਵਾਰੀ ਵੀਕ 'ਚ ਖਾਣਾ ਹੋਰ ਵੀ ਚੀਜ਼ਾਂ ਦੇ ਵਿੱਚ ਪਾਰਟੀਸੀਪੇਟ ਕਰਨਾ ਆਪਣੇ ਪਰਿਵਾਰ ਤਾਂ ਫਿਰ ਵੀ ਸੰਕੋਚ ਕਰ ਲੈਂਦੇ ਆ ਉਹਨਾਂ ਦਾ ਇੱਕ ਲਾਈਫ ਸਟਾਈਲ ਬਣ ਚੁੱਕਿਆ ਸੋ ਉਹ ਦੇਖ ਰਹੇ ਹਾਂ ਵੀ ਜੇ ਕੈਲੀਫੋਰਨੀਆ ਸਾਡਾ ਉਹ ਲਾਈਫ ਸਟਾਈਲ ਨਹੀਂ ਮਤਲਬ ਸਪੋਰਟ ਹੋ ਰਿਹਾ ਤਾਂ ਫਿਰ ਅਸੀਂ ਟੈਕਸਸ ਓਰੀਗਨ ਨਵੈਡਾ ਐਰੀਜ਼ੋਨਾ ਹੋਰ ਸਟੇਟਾਂ ਦੇ ਵਿੱਚ ਜਾ ਕੇ ਆਪਣੀ ਫੈਮਿਲੀ ਆਪਾਂ ਲਈ ਆਪਣੇ ਪਰਿਵਾਰਾਂ ਲਈ ਮੁਸ਼ਕਲ ਹੈ ਕਿਉਂਕਿ ਜਿੱਥੇ ਆਪਾਂ ਇੱਕ ਵਾਰੀ ਆਪਣੀ ਵਸੋਂ ਸ਼ੁਰੂ ਕਰ ਦਈਏ ਫਿਰ ਆਪਾਂ ਨੂੰ ਇਹੀ ਹੁੰਦਾ ਵੀ ਉੱਥੇ ਹੀ ਰਹੀਏ ਕਿਉਂਕਿ ਆਪਣੇ ਪਰਿਵਾਰਕ ਭਾਈਚਾਰਾ ਸਾਂਝ ਹੁੰਦੀ ਆ ਆਪਣੇ ਗੁਰੂ ਘਰਾਂ ਨਾਲ ਸਾਂਝ ਹੁੰਦੀ ਆ ਆਪਣੇ ਬਿਜ਼ਨਸ ਇੱਥੇ ਹੋ ਜਾਂਦੇ ਆ ਫਿਰ ਆਪਣੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਕਿ ਸਾਰਾ ਕੁਝ ਛੱਡ ਕੇ ਅਤੇ ਹੋਰ ਕਿਤੇ ਮੂਵ ਹੋ ਜੀ ਮੇਰੇ ਧਾਲੀਵਾਲ ਤੁਸੀਂ ਐਗਰੀ ਕਰਦੇ ਹੋ ਮੈਨੀ ਦੀ ਸਟੇਟਮੈਂਟਸ ਨਾਲ ਛੋਟੀ ਕਮਿਊਨਿਟੀਜ਼ ਬਾਰੇ ਅਤੇ ਕੀ ਉਹਨਾਂ ਦੀ ਨੀਡਸ ਹਨ ਇਸ ਵੇਲੇ ਜਿੱਦਾਂ ਤੁਹਾਡੇ ਸ਼ਹਿਰ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਮੈਂ ਜਦੋਂ ਡਿਸਾਈਡ ਕੀਤਾ ਨਾ ਅਸ਼ਮਿਤਾ ਜੀ ਕਿ ਮੈਨੀ ਨੂੰ ਅਨਡੋਰਸ ਕਰਨਾ ਆਈ ਟੁੱਕ ਸਮ ਟਾਈਮ ਮੈਂ ਇਸ ਕਰਕੇ ਨਹੀਂ ਮੈਨੀ ਦੀ ਸਪੋਰਟ ਕਰਦਾ ਜਾਂ ਇਸ ਕਰਕੇ ਨਹੀਂ ਅਨਡੋਰਸ ਕਰਦਾ ਕਿਉਂਕਿ ਅਸੀਂ ਫਰੈਂਡਸ ਹਾਂ ਅਸੀਂ ਬਹੁਤ ਦੇਰ ਤੋਂ ਫਰੈਂਡਸ ਹੈਗੇ ਹਾਂ ਪਰ ਸਾਡੀ ਸੋਚ ਰਲਦੀ ਹੈ ਅਮੈਰੀਕਨ ਪੋਲੀਟੀਕਲ ਸਿਸਟਮ ਦੇ ਵਿੱਚ ਮੈਂ ਕੀ ਲਰਨ ਕੀਤਾ ਕਿ ਜਿੰਨੇ ਵੀ ਪ੍ਰੈਜੀਡੈਂਟ ਸਾਡੇ ਇਲੈਕਟ ਹੋਏ ਨੇ ਜਾਂ ਸਕਸੈਸਫੁਲ ਹੋਏ ਨੇ ਉਹ ਸੈਂਟਰ ਤੇ ਆਏ ਨੇ ਤੁਸੀਂ ਵਿੰਗਸ ਤੋਂ ਕੰਟਰੀ ਨਾ ਤਾਂ ਵਿਨ ਕਰ ਸਕਦੇ ਨਾ ਰਨ ਕਰ ਸਕਦੇ ਨਾ ਲੈਫਟ ਵਿੰਗ ਤੋਂ ਨਾ ਰਾਈਟ ਵਿੰਗ ਤੋਂ ਤੁਹਾਨੂੰ ਸੈਂਟਰ ਦੇ ਵਿੱਚ ਆਉਣਾ ਹੀ ਪੈਂਦਾ ਮੈਨੀ ਹੀ ਇਜ਼ ਅ ਮੋਡਰੇਟ ਡੈਮੋਕਰੈਟ ਹੀ ਇਜ਼ ਫਿਸਕਲੀ ਕੰਸਰਵੇਟਿਵ ਜੋ ਸਾਡੇ ਜਿਹੜਾ ਸਾਡਾ ਸ਼ਹਿਰ ਹੈ ਉਹ ਇਹਨਾਂ ਦੇ ਡਿਸਟ੍ਰਿਕਟ ਦੇ ਵਿੱਚੋਂ ਇੱਕ ਹੈ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਜੋ ਕਮਿਊਨਿਟੀ ਨੂੰ ਚੈਲੰਜਸ ਨੇ ਹੀ ਅੰਡਰਸਟੈਂਡਸ ਇਟ ਐਂਡ ਜਦੋਂ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਯੂ ਨੋ ਵਟ ਹੀ ਇਜ਼ ਦਾ ਬੈਸਟ ਹੀ ਕੈਨ ਗੋ ਟੂ ਸੈਕਰਾਮੈਂਟੋ ਐਂਡ ਟੇਕ ਕੇਅਰ ਆਫ ਆਵਰ ਇਸ਼ੂਜ਼ ਦੈਨ ਆਈ ਡਿਸਾਈਡ ਯੂ ਨੋ ਵਟ ਆਲ ਸਪੋਰਟ ਹਮ ਐਂਡ ਆਈ ਅੰਡੋਰਸਡ ਹਿਮ ਅਬਾਊਟ ਈਅਰ ਐਂਡ ਹਾਫ ਅਗੋ ਮੇ ਬੀ 2 ਈਅਰਸ ਅਗੋ ਐਂਡ ਆਈ ਫੁੱਲੀ ਸਪੋਰਟ ਹਮ ਆਈ ਹੋਪ ਹੀ ਵਿਨਸ ਕੱਲੀ ਇਹੀ ਨਹੀਂ ਇੱਕ ਜ਼ਰੂਰੀ ਕਿ ਅਸੀਂ ਦੋਸਤ ਹੈ ਮੈਂ ਐਜ਼ ਅ ਮੇਅਰ ਮੈਨੂੰ ਕੋਈ ਪ੍ਰੋਬਲਮ ਆਵੇ I can call Senator Garewal and I know he will take the call. Dusri gal eh hai ki jehdi saadi community vaste he is a gursikh you know he wears a turban ohde naal jehdi saadi Sacramento de vich pehchan bandi hai representation but I think he is going to be the first Punjabi elected after Daleep Singh Saundh for any elected office although Roh Khanna oh ਪੰਜਾਬ ਨੂੰ ਬਿਲੋਂਗ ਕਰਦੇ ਨੇ ਐਸ਼ ਕਾਲਰਾ ਉਹ ਅਸੈਂਬਲੀ ਦੇ ਵਿੱਚ ਨੇ ਉਹਨਾਂ ਨੇ ਐਂਡੋਰਸਮੈਂਟ ਕੀਤਾ ਉਹ ਦਿੱਲੀ ਤੋਂ ਨੇ ਪਰ ਮੈਂ ਨਹੀਂ ਕੈਲੀਫੋਰਨੀਆ ਦੇ ਵਿੱਚ ਨਹੀਂ ਸਾਰੇ US ਦੇ ਵਿੱਚ ਆਈ ਥਿੰਕ ਹੀ ਬੀ ਦਾ ਫਸਟ ਪ੍ਰੈਕਟਿਸਿੰਗ ਸਿੱਖ ਬੀਂਗ ਇਲੈਕਟਡ ਫਾਰ ਐਨੀ ਆਫਿਸ ਐਂਡ ਦੈਟਸ ਹਿਊਜ ਹਾਂਜੀ ਐਂਡ ਡੈਫੀਨਟਲੀ ਅ ਪ੍ਰਾਊਡ ਮੂਮੈਂਟ ਫਾਰ ਆਰ ਕਮਿਊਨਿਟੀ ਲਿਵਿੰਗ ਇਨ ਐਨੀ ਸਟੇਟ ਐਨੀ ਸਿਟੀ ਬਟ ਇੱਥੇ ਆਪਾਂ ਰੁਕਦੇ ਛੋਟੀ ਜਿਹੀ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਲਾਈਵ ਆਡੀਅੰਸ ਦੇ ਨਾਲ ਅਤੇ ਤੁਹਾਨੂੰ ਦੱਸਾਂਗੇ ਅਗਰ ਤੁਸੀਂ ਇਨਵੋਲਵ ਹੋਣਾ ਹੈ ਤੁਸੀਂ ਵੋਟ ਪਾਉਣੀ ਹੈ ਤੁਹਾਨੂੰ ਕੀ ਇਨਫੋਰਮੇਸ਼ਨ ਦੀ ਲੋੜ ਹੈ ਬਿਫੋਰ March 3rd ਇਲੈਕਸ਼ਨ ਡੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਅਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਇਹ ਪ੍ਰੋਗਰਾਮ ਅਤੇ ਇਹ ਚੈਨਲ ਅਤੇ ਕਮਿਊਨਿਟੀ ਨਾਲ ਜੋੜ ਕੇ ਆਪਾਂ ਅੱਗੇ ਵਧੀਏ ਅਤੇ ਜਦੋਂ ਕਮਿਊਨਿਟੀ ਦੀ ਗੱਲ ਆਉਂਦੀ ਹੈ ਤਾਂ ਸਾਡੇ ਨਾਲ ਲਾਈਵ ਆਡੀਅੰਸ ਜੁੜੀ ਹੋਈ ਹੈ ਸੁਣਦੇ ਹਾਂ ਉਹਨਾਂ ਦੇ ਸਵਾਲ ਮੈਨੀ ਗਰੇਵਾਲ ਲਈ ਮੈਂ ਜੀਤ ਸਿੰਘ ਸੰਧੂ ਕਮਿਸ਼ਨਰ ਪਾਰਕ ਰਿਕਰੀਏਸ਼ਨ ਲੈਥਰੋਪ ਸਿਟੀ ਮੈਂ ਸਭ ਤੋਂ ਪਹਿਲਾਂ ਜਸ ਟੀਵੀ ਔਰ ਲੈਥਰੋਪ ਦੀ ਸੰਗਤ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦਾ ਹਾਂ ਕਿ ਅੱਜ ਇੱਥੇ ਇਸ ਟੀਵੀ ਸੈਂਟਰ ਦਾ ਪਹਿਲਾ ਪਲੇਠਾ ਪ੍ਰੋਗਰਾਮ ਹੈ ਸੋ ਮੇਰਾ ਸਵਾਲ ਹੈ ਮੈਨੀ ਗਰੇਵਾਲ ਜੀ ਨੂੰ ਕਿ ਤੁਸੀਂ ਇੱਕ ਸਿੱਖ ਹੋ ਨੌਜਵਾਨ ਹੋ ਤੁਹਾਡੇ ਤੋਂ ਬੜੀਆਂ ਉਮੀਦਾਂ ਨੇ ਸਾਰੀ ਕਮਿਊਨਿਟੀ ਨੂੰ ਦਿਨ ਰਾਤ ਕਰਕੇ ਤੁਹਾਡੀ ਮਦਦ ਕਰ ਰਹੇ ਹਨ ਤੁਸੀਂ ਸਟੇਟ ਵਿੱਚ ਜਾ ਕੇ ਸਿੱਖੀ ਦਾ ਕਿਵੇਂ ਪ੍ਰਚਾਰ ਅਤੇ ਪ੍ਰਸਾਰ ਕਰੋਗੇ ਲੋਕਾਂ ਦੇ ਵਿੱਚ ਜਿਹੜੀ ਮਿਸਅੰਡਰਸਟੈਂਡਿੰਗ ਨੇ ਉਹਨਾਂ ਨੂੰ ਕਿਵੇਂ ਦੂਰ ਕਰੋਗੇ ਔਰ ਨਾਲ ਹੀ ਇਸ ਸਿੱਖੀ ਨੂੰ ਗਲੋਰੀਫਾਈ ਕਿਵੇਂ ਕਰੋਗੇ
और नाल लगता सवाल मेरा ऑनरेबल सिटी ऑफ मेयर धारीवाल जी लेथरोप दे ने इन्हां नूं है कि तुसीं पांच वार इत्थों दे मेयर बने हो और ऐतकी तुहाडी जिहड़ी जित है बड़ी इतिहासिक जित सी कि तुसीं निर्वाचित तुहाडे सामने कोई भी आदमी खड़ नहीं सकिया तुसीं इत्थों दे मेयर बने हो तुहाडा इस सिटी वास्ते अगला रोड मैप की है गरेवाल जी लेट्स गो टू यू फर्स्ट अजीत सिंह जी अंकल जी उन्होंने बहुत धन्यवाद उन्होंने बहुत वधिया क्वेश्चन पूछा तो पहला तो मैं यही कह सकता कि जिहड़ी मेरा पहरावा है उहदे नाल ही मैनूं लगदा काफ़ी आउटरीच जां पब्लिसाइज़ हो जाणा क्योंकि जदों 40 सैनेटर दे विचों एक दस्तार बन के सैनेटर जाऊगा तो वह सारी कैलीफोर्निया वास्ते वह मतलब एक नवीं चीज़ होगी क्योंकि जिवें वीर जी उन्होंने कहा इट्स नैवर हैपनड बिफोर तो उहदे नाल की हुंदा है तो क्यूरियोसिटी बढ़ती है फिर वो चैक करते हैं भी यू नो ये टर्बन कद वेयर करते हैं कि रिलीजन बिलोंग कर रहे हैं तो वोद ही मैं लगता एक किस्म की आउटरीच होने लग जानी है तो दूजे पार्ट का क्वेश्चन का पार्ट सी तुम कि ग्लोरीफाई करोगे ग्लोरीफाई सिखी तो करना बहुत मुश्किल है क्योंकि दसवें पातशाह सिखी बहुत ज़्यादा पहला ही ग्लोरीफाई कर गए पर मैं ये कह सकता कि जिड़िया सिखी के असूल है उन्होंने उत्ते चलन की कोशिश करूँगा तो सिख का की असूल है कि हमेशा निम्रता दे विच रहना हमेशा हरेक नू अपने दे वड्डे नू अपने तो चाहे ओहदे च वड्डा है चाहे उम्र च वड्डा है पर चाहे वह छोटा भी है तां वी उन्हां नू इज्जत देनी ते उन्हां दी जिहड़ी मतलब रिस्पैक्ट है वह वधाणी सो मेरी हमेशा यही कोशिश रहिंदी है कि अपने वड्डियां दी इज्जत करनी ते कल्ले वड्डियां दी नहीं अपने छोटियां दी भी क्योंकि हरेक दे विच ਉਹ ਰੱਬ ਵੱਸਦਾ ਤੇ ਉਹ ਰੱਬ ਦੀ ਜਦੋਂ ਆਪਾਂ ਕਿਸੇ ਦਾ ਸਤਿਕਾਰ ਕਰਦੇ ਆਂ ਤਾਂ ਆਪਾਂ ਉਹ ਪਰਮਾਤਮਾ ਦਾ ਸਤਿਕਾਰ ਕਰਦੇ ਆਂ ਜਦੋਂ ਸਿੱਖੀ ਦੀ ਗੱਲ ਆਂਦੀ ਹੈ ਤੁਹਾਡੀ ਇਨਵੋਲਵਮੈਂਟ ਗੁਰਦੁਆਰਿਆਂ ਵਿੱਚ ਬੜੀ ਛੋਟੀ ਉਮਰ ਤੋਂ ਹੋ ਗਈ ਸੀ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਸਾਨੂੰ ਸਾਡੇ ਸ਼ਹਿਰ ਮੋਡੈਸਟ ਦੇ ਵਿੱਚ ਜਦੋਂ ਗੁਰੂ ਘਰ ਬਣਿਆ ਤੇ ਉਦੋਂ ਸਾਰਿਆਂ ਨੇ ਮਤਲਬ ਇਹ ਸਲਾਹ ਕੀਤੀ ਕਿ ਵੀ ਜਿਹੜੇ ਮਤਲਬ ਮੇਰੇ ਪਰਿਵਾਰ ਦੇ ਵਿੱਚੋਂ ਵੀ ਸਾਡੇ ਫਾਦਰ ਸਾਹਿਬ ਨੂੰ ਕਹਿ ਰਹੇ ਸੀਗੇ ਸਾਡੇ ਫਾਦਰ ਸਾਹਿਬ ਥੋੜ੍ਹੇ ਜਿਹੇ ਪੋਲੀਟਿਕਸ ਜਾਂ ਕੋਈ ਵੀ ਇੱਦਾਂ ਦੀ ਗੱਲ 'ਚ ਉਹ ਪਿੱਛੇ ਰਹਿ ਕੇ ਜ਼ਿਆਦਾ ਸੇਵਾ ਕਰਦੇ ਆ ਮੂਹਰੇ ਘੱਟ ਆਉਂਦੇ ਆ ਅਤੇ ਉਹ ਗੱਲ ਚੱਲੀ ਅਤੇ ਉਹ ਸਾਰੇ ਕਹਿੰਦੇ ਵੀ ਤੁਸੀਂ ਵੀ ਮੇਰਾ ਛੋਟਾ ਪਿਆਰ ਨਾਲ ਹਰੇਕ ਜਿਹੜੇ ਉੱਥੇ ਦੇ ਬਜ਼ੁਰਗ ਬੱਚੇ ਮੇਰੇ ਅੰਕਲ ਸਾਰੇ ਉਹ ਮੈਨੂੰ ਮੰਨੀ ਕਹਿੰਦੇ ਆ ਉਹ ਕਹਿੰਦੇ ਵੀ ਆਪਾਂ ਮੰਨੀ ਨੂੰ ਵੀ ਸੈਕਟਰੀ ਬਣਾ ਦਿੰਦੇ ਹਾਂ ਉਹ ਮੇਰੇ ਫਾਦਰ ਸਾਹਿਬ ਬੜੇ ਮਤਲਬ ਇਹ ਗੱਲ ਤੋਂ ਹੈਰਾਨ ਜਿਹੇ ਹੋਏ ਕਹਿੰਦੇ ਵੀ ਇਹ ਤਾਂ ਹਜੇ ਉਮਰ ਹੀ 18 ਸਾਲ ਦੀ ਆ ਵੀ ਇਹਨੂੰ ਆਪਾਂ ਸੈਕਟਰੀ ਕਿੱਦਾਂ ਬਣਾ ਦਈਏ ਉਹ ਕਹਿੰਦੇ ਨਹੀਂ ਲੋੜ ਹੈ ਵੀ ਇੱਕ ਤਾਂ ਜਿਹੜੀ ਨਵੀਂ ਪਨੀਰੀ ਆ ਉਹਨਾਂ ਨੂੰ ਦੇਖਣ ਨੂੰ ਮਿਲੂਗਾ ਕਿ ਯੰਗ ਲੋਕ ਵੀ ਗੁਰੂ ਘਰਾਂ ਦੇ ਵਿੱਚ ਹਿੱਸੇ ਲੈ ਰਹੇ ਹਨ ਕਿਉਂਕਿ ਇਹ ਗੱਲ ਦੀ ਥੋੜ੍ਹੀ ਜਿਹੀ ਮੈਨੂੰ ਕਾਫੀ ਡਿਸਕਰੇਜਿੰਗ ਕਈ ਵਾਰੀ ਲੱਗਦਾ ਕਿ ਜਿਹੜੀ ਆਪਣੀ ਆਉਣ ਵਾਲੀ ਪਨੀਰੀ ਆ ਨਾ ਉਹ ਆਪਣੇ ਗੁਰੂ ਘਰਾਂ ਦੇ ਵਿੱਚ ਘੱਟ ਇਨਵਾਲਵ ਹੁੰਦੀ ਹੈ ਮਤਲਬ ਪਹਿਲਾਂ ਤਾਂ ਉਹ ਆਉਂਦੇ ਹੀ ਘੱਟ ਹੈ ਜੇ ਫਿਰ ਆਉਂਦੇ ਆ ਤਾਂ ਉਹਦੇ ਵਿੱਚ ਵੀ ਇਨਵਾਲਵ ਘੱਟ ਹੁੰਦੇ ਪਰ ਹੁਣ ਮੈਨੂੰ ਲੱਗਦਾ ਵੀ ਉਹ ਮੋੜ ਆ ਰਿਹਾ ਕਿ ਜਿੱਥੇ ਗੁਰੂ ਘਰਾਂ ਦੇ ਵਿੱਚ ਖਾਲਸਾ ਸਕੂਲ ਪੰਜਾਬੀ ਸਕੂਲ ਬਣ ਰਹੇ ਆ ਅਤੇ ਉੱਥੇ ਵਧੀਆ ਸੇਵਾ ਤਰੀਕੇ ਨਾਲ ਸੇਵਾ ਹੋ ਰਹੀ ਹੈ ਅਤੇ ਬੱਚਿਆਂ ਦੀ ਹੁਣ ਲਗਨ ਵੱਧ ਰਹੀ ਆ ਮੇਅਰ ਧਾਲੀਵਾਲ ਤੁਹਾਡਾ ਜਵਾਬ ਕੁਐਸਚਨ ਲਈ ਪਹਿਲਾਂ ਤਾਂ ਸੰਧੂ ਸਾਹਿਬ ਦਾ ਧੰਨਵਾਦ ਜੀ ਉਹਨਾਂ ਨੇ ਕੁਐਸਚਨ ਬੜਾ ਵਧੀਆ ਪੁੱਛਿਆ ਔਰ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਰੋਡ ਮੈਪ ਕੀ ਹੈ ਜਦੋਂ ਦੇਖੋ ਜਦੋਂ ਵੀ ਕੋਈ ਸ਼ਹਿਰ ਦੀ ਡਿਵੈਲਪਮੈਂਟ ਹੁੰਦੀ ਹੈ ਨਾ ਉਹਦਾ ਕ੍ਰੈਡਿਟ ਕਿਸੇ ਇੱਕ ਬੰਦੇ ਨੂੰ ਨਹੀਂ ਜਾਂਦਾ ਬਲੇਮ ਮੇਅਰ ਨੂੰ ਜ਼ਰੂਰ ਆ ਜਾਂਦਾ ਕਿ ਮੇਅਰ ਦਾ ਕਸੂਰ ਹੈ ਪਰ ਜਿਹੜਾ ਕ੍ਰੈਡਿਟ ਹੈ ਉਹ ਆਈ ਡੋਂਟ ਡਿਜ਼ਰਵ ਆਲ ਦਾ ਕ੍ਰੈਡਿਟ ਸਾਡੀ ਜਿਹੜੀ ਕਮਿਊਨਿਟੀ ਹੈ ਪੰਜਾਬੀ ਕਮਿਊਨਿਟੀ ਜਾਂ ਬਾਕੀ ਕਮਿਊਨਿਟੀਜ਼ ਆ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਸ਼ੁਕਰ ਗੁਜ਼ਾਰਾਂ ਕਿ ਉਹਨਾਂ ਨੇ ਸਾਨੂੰ ਬੜੇ ਵਧੀਆ ਕੌਂਸਲ ਮੈਂਬਰ ਚੁਣ ਕੇ ਭੇਜੇ ਨੇ ਬਹੁਤ ਵਧੀਆ ਸੋਲਿਡ ਸਾਡੀ ਟੀਮ ਹੈ ਇੱਕ ਵਿਜ਼ਨ ਹੈ ਮੇਰਾ ਇਹ ਸੁਪਨਾ ਹੈ ਕਿ ਲੇਥਰੋਪ ਦੇ ਵਿੱਚੋਂ ਕਿਸੇ ਨੂੰ ਵੀ ਕਿਸੇ ਵੀ ਕੰਮ ਵਾਸਤੇ ਬਾਹਰ ਨਾ ਜਾਣਾ ਪਵੇ ਅਨਲੈਸ ਦੇ ਵਾਂਟ ਟੂ ਸਾਡੇ ਬਹੁਤ ਜਿਹੜੇ ਸਿਟੀਜ਼ਨਸ ਨੇ ਰੈਜੀਡੈਂਟਸ ਨੇ ਉਹ ਕਮਿਊਟ ਕਰਦੇ ਨੇ ਕੰਮ ਵਾਸਤੇ ਨਾ ਤਾਂ ਕੰਮ ਵਾਸਤੇ ਬਾਹਰ ਜਾਣਾ ਪਵੇ ਨਾ ਐਜੂਕੇਸ਼ਨ ਵਾਸਤੇ ਬਾਹਰ ਜਾਣਾ ਪਵੇ ਨਾ ਸ਼ੋਪਿੰਗ ਵਾਸਤੇ ਜਾਣਾ ਪਵੇ ਅਤੇ ਨਾ ਹੀ ਇੰਟਰਟੇਨਮੈਂਟ ਵਾਸਤੇ ਜਾਣਾ ਪਵੇ ਇਸ ਡ੍ਰੀਮ ਨੂੰ ਲੈ ਕੇ ਅਸੀਂ ਤੁਰੇ ਹਾਂ ਕਿਸੇ ਹੱਦ ਤੱਕ ਸਫਲ ਹੋਏ ਹਾਂ ਪਰ ਅਜੇ ਉਹ ਮੰਜ਼ਿਲੇ ਮਕਸੂਦ ਤੱਕ ਨਹੀਂ ਪਹੁੰਚੇ ਹੋ ਸਕਦਾ ਜਦੋਂ ਤੱਕ ਇਹ ਚੀਜ਼ ਅਕੰਪਲਿਸ਼ ਹੋਵੇ ਮੈਂ ਇਸ ਦੁਨੀਆ 'ਤੇ ਨਾ ਹੋਵਾਂ ਇਟਸ ਪੋਸੀਬਲ ਪਰ ਜੋ ਕੁਛ ਅਸੀਂ ਐਵਰੀਥਿੰਗ ਇਜ਼ ਇਨ ਪਲੇਸ ਕਦੇ ਨਾ ਕਿਸੇ ਨੇ ਮੈਨੂੰ ਰਿਪਲੇਸ ਕਰਨਾ ਹੈ ਆਮ ਨਾਟ ਦਾ ਫਸਟ ਮੇਅਰ ਆਮ ਨਾਟ ਗੋਇੰਗ ਬੀ ਦਾ ਲਾਸਟ ਮੇਅਰ ਸੋ ਪਰ ਜਦੋਂ ਤੁਸੀਂ ਇੱਕ ਫਾਊਂਡੇਸ਼ਨ ਬਿਲਡ ਹੋ ਜਾਂਦਾ ਸਿਟੀ ਦਾ ਜਿਹੜਾ ਇਮੇਜ ਹੈ ਉਹ ਡਿਵੈਲਪਮੈਂਟ ਫਰੈਂਡਲੀ ਬਣ ਜਾਂਦੀ ਹੈ ਅਤੇ ਆਟੋਮੈਟਿਕਲੀ ਜਿਹੜੇ
ਬਿਜ਼ਨਸ ਨੂੰ ਲਿਆਉਣਾ ਬੜਾ ਸੌਖਾ ਹੋ ਜਾਂਦਾ। ਜੇ ਤੁਸੀਂ ਲੇਥਰੋ ਦੇ ਵਿੱਚ ਡਰਾਈਵ ਕਰਕੇ ਦੇਖੋ ਜਿਹੜੀਆਂ ਅਨਫੋਰਚੁਨੇਟਲੀ ਸਾਡੇ ਨੇਬਰਿੰਗ ਸਿਟੀਜ਼ ਜਿਹੜੇ ਚੈਲੇਂਜਿਸ ਨੂੰ ਫੇਸ ਕਰ ਰਹੇ ਆ ਉਹ ਲੇਥਰੋਪ ਦੇ ਵਿੱਚ ਨਹੀਂ ਗੇ। ਤੁਹਾਨੂੰ ਗ੍ਰੈਫਿਟੀ ਨਹੀਂ ਦਿਸੂਗੀ, ਤੁਹਾਨੂੰ ਲੋਇਟਰਿੰਗ ਨਹੀਂ ਦਿਸੂਗੀ ਇਹੋ ਜਿਹੀ, ਕਿਉਂਕਿ ਜਿਹੜੇ ਸਾਡੇ ਆਰਡੀਨੈਂਸ ਸੀ ਆ ਉਹ ਇਸੇ ਤਰ੍ਹਾਂ ਬਣਾਏ ਗਏ ਆ ਕਿ ਅਸੀਂ ਵੀ ਗੋ ਆਫਟਰ ਦਾ ਟ੍ਰਬਲ ਮੇਕਰਸ, ਵੀ ਪ੍ਰੋਟੈਕਟ ਦਾ ਲਾ ਅਬਾਈਡਰਸ। ਅਤੇ ਫਾਈਨੈਂਸ਼ੀਅਲੀ ਸਟੇਬਿਲਿਟੀ ਦੇ ਵਿੱਚੋਂ ਲੇਥਰੋਪ ਕੈਲੀਫੋਰਨੀਆ ਦੀ 6th ਸਿਟੀ ਆਈ ਹੈ। ਇੱਕ ਇਹੋ ਜਿਹਾ ਮੌਕਾ ਵੀ ਸੀਗਾ ਵਨ ਵੀ ਵਰ ਲੁਕਿੰਗ ਐਟ 14 million ਡੈਫਿਸਿਟ ਅਤੇ ਬੈਂਕਰਪਸੀ ਤਾਂ ਅਸੀਂ ਸੋਚ ਹੀ ਨਹੀਂ ਸਕਦੇ। ਸਮਾਲ ਸਿਟੀ ਦੇ ਲਈ ਬੈਂਕਰਪਸੀ ਸੋਚਣਾ, ਤੁਹਾਡੀ ਕ੍ਰੈਡਿਟ ਰੇਟਿੰਗ ਚੱਲ ਜਾਂਦੀ, ਤੁਹਾਡੇ ਬਾਂਡਸ ਨੂੰ ਕੋਈ ਟੱਚ ਨਹੀਂ ਕਰਦਾ। 2008 ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਸਿਟੀ ਇਹੋ ਜਿਹੇ ਹਾਲਾਤ ਬਣ ਰਹੇ ਕਿਉਂਕਿ ਸਾਰਾ ਕੁਛ ਕ੍ਰੈਸ਼ ਹੋ ਗਿਆ ਸੀਗਾ, ਵੀ ਵਰ ਗੋਇੰਗ ਥਰੂ ਆ ਰਿਸੈਸ਼ਨ, ਜਿਹੜੇ ਉਸ ਵੇਲੇ ਅਸੀਂ ਡਿਸੀਜ਼ਨ ਲਏ ਬੜੇ ਟਫ ਡਿਸੀਜ਼ਨ ਸੀਗੇ, ਸਮ ਆਫ ਦੇਮ ਵਰ ਨਾਟ ਈਵਨ ਪਾਪੂਲਰ, ਪਰ ਅਸੀਂ ਫਿਰ ਵੀ ਕੀਤਾ ਕਿਉਂਕਿ ਸਿਟੀ ਦੀ ਬਿਹਤਰੀ ਉਹਦੇ ਵਿੱਚ ਸੀਗੀ। 2012 ਦੇ ਵਿੱਚ 14 million ਡੈਫਿਸਿਟ ਦੇ ਬਜਾਏ ਸਾਡੇ ਕੋਲ 6 million ਸਰਪਲਸ ਸੀਗਾ। That was like a $20 to $21 million ਡਾਲਰ ਟਰਨ ਅਰਾਊਂਡ, ਉਹਦੇ ਨਾਲ ਅਸੀਂ ਸਿਟੀ ਨੂੰ ਬਚਾ ਗਏ। ਜਦੋਂ ਸਲੋ ਵੀ ਸਾਰਾ ਕੁਛ ਚੱਲਦਾ ਸੀਗਾ ਅਸੀਂ ਉਦੋਂ ਵੀ ਇਨਫਰਾਸਟ੍ਰਕਚਰ ਦੇ ਉੱਤੇ ਕੰਮ ਕਰਦੇ ਸੀਗੇ ਕਿ ਜਦੋਂ ਇਹ ਚੀਜ਼ ਟਰਨ ਅਰਾਊਂਡ ਹੋਵੇ ਵੀ ਮਸਟ ਬੀ ਰੈਡੀ ਐਂਡ ਦੈਟ ਪੇਡ ਡਿਵੀਡੈਂਟਸ। ਅਤੇ ਅੱਗੇ ਵੀ ਸਾਡੀ ਸੰਧੂ ਸਾਹਿਬ ਇਹੀ ਕੋਸ਼ਿਸ਼ ਜਾਰੀ ਰਹੂਗੀ ਕਿ ਜੋ ਸਾਡੇ ਰੈਜੀਡੈਂਟਸ ਨੂੰ, ਸਾਡੇ ਸਿਟੀਜ਼ਨਸ ਨੂੰ, ਸਾਡੇ ਕਮਿਊਨਿਟੀ ਨੂੰ ਚਾਹੀਦਾ ਉਹ ਅਸੀਂ ਲੈ ਕੇ ਆਈਏ ਹੌਲੀ ਹੌਲੀ ਹੌਲੀ, ਕਿਉਂਕਿ ਰੋਮ ਵਾਜ਼ ਨਾਟ ਬਿਲਟ ਇਨ ਅ ਡੇ। ਲੇਥਰੋਪ 30 ਸਾਲ ਪੁਰਾਣਾ ਸ਼ਹਿਰ ਹੈ, ਪਰ ਇਨ ਮਾਈ ਓਪੀਨੀਅਨ ਵੀ ਡੂਇੰਗ ਗੁੱਡ ਜੀ। ਥੈਂਕ ਯੂ ਸੋ ਮਚ ਮੇਰੇ ਦਾਦੀਵਾਲ ਗਰੇਵਾਲ ਜੀ, ਵਿਲ ਸਟਾਪ ਹੇਅਰ ਫਾਰ ਅ ਕੁਇਕ ਬ੍ਰੇਕ। ਬ੍ਰੇਕ ਤੋਂ ਬਾਅਦ ਗੱਲ ਇਦਾਂ ਹੀ ਜਾਰੀ ਰਹੂਗੀ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ। ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕੈਲੀਫੋਰਨੀਆ ਡਿਸਟ੍ਰਿਕਟ 5 ਸਟੇਟ ਸੈਨੇਟ ਦੀ ਸੀਟ ਲਈ ਇਲੈਕਸ਼ਨ ਲਈ ਖੜੇ ਹੋਏ ਹੈ। ਮੈਨੀ ਗਰੇਵਾਲ ਆਡੀਅੰਸ ਸਾਡੇ ਨਾਲ ਮੌਜੂਦ ਹੈ, ਉਹਨਾਂ ਦੇ ਸਵਾਲ ਪੁੱਛਦੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਚੀ ਹੋਰ ਤੇ ਉੱਚਾ ਦਾਈਆ, ਉੱਚੀ ਹਿੰਮਤ ਰੱਖੀ, ਉਹ ਕੋ ਰਿਹੜੇ ਗੋਡਿਆਂ ਪਰਨੇ ਜੋ ਉੱਡ ਅਸਮਾਨੇ ਜਾਏ। ਮੇਰਾ ਕੁਸ਼ਚਨ ਦੈਟ ਗੋਜ਼ ਟੂ ਮੇਅਰ ਤਾਲੀਵਾਲ, ਐਂਡ ਤਾਲੀਵਾਲ ਸਾਹਿਬ, ਵਟ ਇਜ਼ ਯੋਰ ਸੋਰਸ ਆਫ ਇੰਸਪੀਰੇਸ਼ਨ? ਐਂਡ ਦਾ ਸੈਕਿੰਡ ਪਾਰਟ ਆਫ ਦਾ ਕੁਸ਼ਚਨ ਇਜ਼, ਤੁਸੀਂ ਅੱਜ ਕੱਲ੍ਹ ਲੇਥਰੋਪ ਸ਼ਹਿਰ ਦੇ ਵਾਸਤੇ ਕੀ ਜਿਹੜੇ ਪ੍ਰੋਜੈਕਟ ਉਹ ਕਰ ਰਹੇ ਹੋ? ਇਹਦੇ ਨਾਲ ਹੀ ਮੈਂ ਜਸਟ ਪੰਜਾਬੀ ਨੂੰ ਆਪਣੇ ਸ਼ਹਿਰ ਦੇ ਵਿੱਚ ਉਹਨਾਂ ਨੇ ਆ ਕੇ ਸਟੂਡੀਓ ਖੋਲ੍ਹਿਆ, ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ, ਅਤੇ ਮੈਂ ਦੇਸ਼ ਵਿਦੇਸ਼ ਦੇ ਵਿੱਚ ਸੁਣ ਰਹੀ ਸਾਰੀ ਸੰਗਤ ਵਾਸਤੇ ਧਾਲੀਵਾਲ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਿਟੀ ਆਫ ਆਪਣਾ ਸਿਟੀ ਆਫ ਲੇਥਰੋਪ ਵਾਸਤੇ ਕਿਹੜੇ ਕਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਨੇ। ਧੰਨਵਾਦ। ਮੈਂ ਧਾਲੀਵਾਲ, ਥੈਂਕ ਯੂ ਗ੍ਰਹਿ ਸਾਹਿਬ। ਜਿੱਥੋਂ ਤੱਕ ਪ੍ਰੇਰਨਾ ਸਰੋਤ ਦਾ ਸੰਬੰਧ ਹੈ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੇਰਾ ਜਨਮ ਜਿਹੜਾ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ, ਔਰ ਜਿਹੜੀ ਮੇਰੀ ਸਕੂਲਿੰਗ ਹੋਈ ਆ ਉਹ ਸਾਰੀਆਂ ਸਿੱਖ ਇੰਸਟੀਟਿਊਸ਼ਨ ਤੋਂ ਹੀ ਹੋਈ ਹੈ। ਮੈਂ ਮੈਟ੍ਰਿਕ ਕੀਤੀ ਖਾਲਸਾ ਹਾਈ ਸਕੂਲ ਬੰਗਾ ਤੋਂ, ਉਸ ਤੋਂ ਬਾਅਦ BA ਕੀਤੀ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ, ਉਸ ਤੋਂ ਬਾਅਦ ਮੈਂ ਮਾਸਟਰਜ਼ ਕਰ ਰਿਹਾ ਸੀਗਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ। ਇੱਕ ਸਾਲ ਹੋਇਆ ਇੱਕ ਰਹਿੰਦਾ ਸੀਗਾ ਜਦੋਂ ਵਿਦੇਸ਼ ਜਾਣ ਦਾ ਸਬੱਬ ਬਣ ਗਿਆ। ਅਤੇ ਜਿਹੜੇ ਸਿੱਖੀ ਦੇ ਵਿੱਚ ਪ੍ਰੇਰਨਾ ਸਰੋਤਾਂ ਦੀ ਤਾਂ ਕੋਈ ਘਾਟ ਹੀ ਨਹੀਂ। ਜਿਵੇਂ ਕਹਿੰਦੇ ਨੇ ਨਾ ਕਿ ਲੋਕ ਇੱਕ ਮਨਸੂਰ ਨੂੰ ਯਾਦ ਕਰਦੇ, ਇੱਥੇ ਵੰਸ਼ ਮਨਸੂਰਾਂ ਦਾ ਵੱਸਦਾ ਹੈ। ਸਾਡੇ ਪੁਰਖਿਆਂ ਨੇ, ਸਾਡੇ ਗੁਰੂ ਸਾਹਿਬ ਨੇ ਇੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਮਨੁੱਖਤਾ ਵਾਸਤੇ। ਅਸੀਂ ਤਾਂ ਜੋ ਅਸੀਂ ਕਰ ਰਹੇ ਹਾਂ ਇਹ ਤਾਂ ਦਿਸ ਇਜ਼ ਨਥਿੰਗ, ਇਹ ਤਾਂ ਇੱਕ ਸੇਵਾ ਆ। ਜਿਹੜੀ ਸੇਵਾ ਭਾਵਨਾ ਹਰ ਬੰਦੇ ਦੇ ਵਿੱਚ ਹੈਗੀ ਆ, ਪਰਮਾਤਮਾ ਨੇ ਮੌਕਾ ਦਿੱਤਾ ਅਤੇ ਉਹ ਕਰ ਰਹੇ ਹਾਂ। ਦੂਸਰੀ ਜਿਹੜੀ ਪ੍ਰੋਜੈਕਟਸ ਦੀ ਗੱਲ ਹੈ, ਦੋ ਮੇਨ ਪ੍ਰੋਜੈਕਟਸ ਜਿਹੜੇ ਆਪਣੇ ਚੱਲ ਰਹੇ ਨੇ। ਇੱਕ ਦੇ ਵਿੱਚ ਤਾਂ 3 ਐਸਪੈਕਟ ਨੇ ਜਿਹਦੇ ਵਿੱਚ ਇੰਪਲੋਇਮੈਂਟ ਸੈਂਟਰ ਹੈ, ਸ਼ਾਪਿੰਗ ਸੈਂਟਰਸ ਨੇ, ਔਰ ਰੈਜੀਡੈਂਸ਼ੀਅਲ ਜਿਹੜਾ ਕਿ ਰਿਵਰ ਆਈਲੈਂਡ ਕਮਿਊਨਿਟੀ ਹੈ, ਅਤੇ ਦੂਸਰਾ ਹੈਗਾ ਸੈਂਟਰਲ ਲੇਥਰੋਪ ਹਾਈ ਸਕੂਲ ਦੇ ਸਾਹਮਣੇ, ਉਹ ਹੁਣ ਮਾਡਲ ਬਣਨੇ ਸ਼ੁਰੂ ਹੋ ਗਏ ਨੇ।
ਤੇ ਉਹਦੇ ਵਿੱਚ ਜਿਹੜਾ ਰੈਜੀਡੈਂਸ਼ੀਅਲ ਪ੍ਰੋਜੈਕਟ ਵੀ ਚੱਲੂਗਾ ਅਤੇ ਉਹਦੇ ਨਾਲ ਕਮਰਸ਼ੀਅਲ ਪ੍ਰੋਜੈਕਟ ਜਿਹੜੀ ਇਹ ਗੋਲਡਨ ਵੈਲੀ ਅਤੇ I-5 ਉਹਦੇ ਵਿੱਚ ਡਿਵੈਲਪ ਹੋਊਗਾ। ਤੁਸੀਂ ਦੇਖੋ ਚਾਰ ਪੰਜ ਸਾਲ ਅਗਰ ਪਰਮਾਤਮਾ ਇਸ ਇਕਾਨਮੀ ਨੂੰ ਇਹੋ ਜਿਹਾ ਰੱਖੇ ਤਾਂ ਇੱਕ ਲੇਥਰੋਪ ਦਾ ਨਕਸ਼ਾ ਬਦਲ ਜਾਏਗਾ। ਉਸ ਵੇਲੇ ਚਾਹੇ ਮੇਅਰ ਮੈਂ ਹੋਵਾਂ ਅਤੇ ਚਾਹੇ ਕੋਈ ਹੋਰ ਹੋਵੇ, ਪਰ ਆਪਣੀ ਜਿਹੜੀ ਸਿਟੀ ਹੈ ਇਟ ਹੈਜ਼ ਅ ਗ੍ਰੇਟ ਪੋਟੈਂਸ਼ੀਅਲ। ਥੈਂਕ ਯੂ ਮੇਅਰ, ਇੰਨਾ ਵਧੀਆ ਤੁਸੀਂ ਸਵਾਲ ਦਿੱਤਾ ਇਸ ਸ਼ਹਿਰ ਦੀ ਪ੍ਰੋਗਰੈਸ ਬਾਰੇ। ਮੇਰਾ ਨੈਕਸਟ ਸਵਾਲ ਤੁਹਾਡੇ ਲਈ ਹੈ, ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ, ਸੋ ਟੈਲ ਆਰ ਆਡੀਅੰਸ ਸਭ ਤੋਂ ਪਹਿਲੇ ਵਿੱਚ ਸਿਟੀਜ਼ ਆਰ ਇਨ ਯੋਰ ਡਿਸਟ੍ਰਿਕਟ, ਐਂਡ ਜੋ ਇਨ ਸ਼ਹਿਰਾਂ ਵਿੱਚ ਰਹਿਣ ਵਾਲੇ ਐਲੀਜੀਬਲ ਵੋਟਰ ਸਾਡੀ ਕਮਿਊਨਿਟੀ ਸਾਨੂੰ ਅੱਜ ਵੇਖ ਰਹੇ, ਉਹਨਾਂ ਨੂੰ ਕੀ ਜਾਣਕਾਰੀ ਦੀ ਲੋੜ ਹੈ ਸੋ ਦੇ ਕੈਨ ਕਾਸਟ ਦੇਅਰ ਬੈਲਟ ਔਨ March 3rd? ਥੈਂਕ ਯੂ ਸੋ ਮਚ ਜੀ। ਸੋ ਇੱਕ ਵਾਰ ਫਿਰ ਜਿਹੜੇ ਸ਼ਹਿਰ ਇਹ ਡਿਸਟ੍ਰਿਕਟ ਦੇ ਵਿੱਚ ਹਨ, ਮੋਡੈਸਟੋ ਤੋਂ ਸ਼ੁਰੂ ਹੋ ਕੇ ਰਿਪਨ, ਐਸਕਲੋਨ, ਰਿਵਰ ਰੈਂਕ, ਮੈਂਟੀਕਾ, ਲੇਥਰੋਪ, ਟ੍ਰੇਸੀ, ਮਾਊਂਟਨ ਹਾਊਸ, ਸਟਾਕਟਨ, ਲੋਡਾਈ, ਬਾਕੀ ਹੋਰ ਛੋਟੇ ਸ਼ਹਿਰ ਹੈ ਜਿਵੇਂ ਲਿੰਡਨ, ਫਾਰਮਿੰਗਟਨ, ਵੁੱਡ ਬ੍ਰਿਜ, ਪਰ ਉਹ ਕਾਫੀ ਛੋਟੇ ਸ਼ਹਿਰ ਹੈ, ਬਟ ਸਟਿਲ ਉਹ ਸਾਰੇ ਸ਼ਹਿਰ ਇਹ ਡਿਸਟ੍ਰਿਕਟ ਦੇ ਵਿੱਚ ਹੈ। ਅਤੇ ਆਪਣੀ ਜਿਹੜੀ ਇੰਡੀਅਨ ਭਾਈਚਾਰੇ ਦੀ ਵੋਟ ਹੈ ਤਕਰੀਬਨ 17,000 ਵੋਟ ਹੈ, ਅਤੇ ਪੈਂਦੀ ਹਰੇਕ ਡਿਸਟ੍ਰਿਕਟ ਹਰੇਕ ਇਲੈਕਸ਼ਨ ਦੇ ਵਿੱਚ ਤਕਰੀਬਨ 3500 ਹੈ, ਮਤਲਬ 20% ਵੋਟ ਪੈਂਦੀ ਹੈ ਅਤੇ 80% ਵੋਟ ਅਨਫੋਰਚੁਨੇਟਲੀ ਮੇਲ ਬਾਕਸ ਤੋਂ ਗਾਰਬੇਜ ਬਾਕਸ ਤੱਕ ਜਾਂਦੀ ਹੈ। ਅਤੇ ਆਲੀ ਵਾਰੀ ਮੇਰੀ ਸਿੰਸੀਅਰ ਰਿਕੁਐਸਟ ਹੈ, ਮੇਰੀ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੀ ਆਪਣੀ ਵੋਟ ਹੈ ਉਹਦਾ ਹੱਕ ਜਮਾਓ, ਕਿਉਂਕਿ ਆਪਾਂ ਹਮੇਸ਼ਾ ਇਹ ਸੋਚਦੇ ਹਾਂ ਵੀ ਸਾਡੀ ਵੋਟ ਨਾਲ ਕੀ ਫਰਕ ਪੈਣਾ। ਫਰਕ ਜ਼ਰੂਰ ਪੈਂਦਾ, ਸਿਰਫ ਇਹ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਸਾਡੀਆਂ ਇਲੈਕਸ਼ਨਸ ਆ ਰਹੀਆਂ ਤਾਂ ਕਰਕੇ, ਫਰਕ ਇਹ ਪੈ ਰਿਹਾ ਜਿਹੜੀ ਮੋਸਟ ਜਿਹੜੀ ਪੋਲੀਟੀਕਲ ਕੰਸਲਟੈਂਟਸ ਹੈ ਜਾਂ ਜਿਹੜੀ ਪੋਲੀਟੀਕਲ ਕਮਿਊਨਿਟੀ ਹੈ ਉਹ ਇਹ ਦੇਖਦੀ ਹੈ ਵੀ ਕਿਹੜੀ ਕਿਹੜੀ ਕਮਿਊਨਿਟੀ ਇਹ ਵੋਟਿੰਗ ਦੇ ਵਿੱਚ ਹਿੱਸਾ ਲੈਂਦੀ ਹੈ, ਅਤੇ ਜਿਨ੍ਹਾਂ ਦੇ ਜ਼ਿਆਦਾ ਵੱਡੇ ਵੋਟਿੰਗ ਬਲਾਕ ਆ ਉਹਨਾਂ ਦੀ ਪੁੱਛ ਮਤਲਬ ਹੋਰ ਬਣਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਸਪੈਸ਼ਲੀ ਆਪਣੀ ਕਮਿਊਨਿਟੀ, ਆਪਣੀ ਕਮਿਊਨਿਟੀ ਦੇ ਵਿੱਚ ਲੀਡਰਸ ਹੈ, ਪਰ ਫਿਰ ਵੀ ਆਪਣੀ ਕਾਫੀ ਇਤਫਾਕ ਹੈ, ਕਾਫੀ ਏਕਤਾ ਹੈ। ਸੋ ਜੇ ਇੱਕ ਬੰਦੇ ਦੀ ਆਪਾਂ ਹਮਾਇਤ ਜਾਂ ਇੱਕ ਕੈਂਡੀਡੇਟ ਦੀ ਆਪਾਂ ਹਮਾਇਤ ਕਰਦੇ ਹਾਂ ਤਾਂ ਸਾਰੀ ਕਮਿਊਨਿਟੀ ਨਾਲ ਲੱਗ ਸਕਦੀ ਹੈ, ਲੱਗਦੀ ਵੀ ਹੈ। ਸੋ ਜੇ ਆਪਾਂ ਆਪਣਾ ਜਿਹੜਾ ਵੋਟਿੰਗ ਬਲਾਕ ਹੈ 17,000 ਦੇ ਬਜਾਏ 30-35,000 ਤੱਕ ਲੈ ਜਾਈਏ, ਕਿਉਂਕਿ ਜਿਹੜੇ ਇੱਥੇ ਮਤਲਬ ਇਲਾਕਾ ਨਿਵਾਸੀ ਹਨ ਉਹ ਤਕਰੀਬਨ 35,000 ਹੈ, ਪਰ ਉਹਦੇ ਵਿੱਚ ਰਜਿਸਟਰ 17,000 ਹੈ, ਉਹ 17,000 ਚ ਵੋਟ ਪਾਉਂਦਾ 3500। ਸੋ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਕਿੰਨਾ ਆਪਣੇ ਲਈ ਵਧਣ ਦਾ ਮੌਕਾ ਹੈ ਇਹ ਕਮਿਊਨਿਟੀ ਦੇ ਵਿੱਚ। ਅਤੇ ਇਹ ਜਿਹੜੇ ਇਲੈਕਸ਼ਨ ਹੈ ਕਈ ਵਾਰੀ 1,000 ਵੋਟ ਦੇ ਨਾਲ ਹੀ ਫਰਕ ਪੈ ਜਾਂਦਾ, ਜਿਹੜੇ ਲੋਕਲ ਸਿਟੀ ਕਾਊਂਸਲ ਦੇ ਇਲੈਕਸ਼ਨ ਹੈ ਕਈ ਵਾਰੀ 50 ਵੋਟਾਂ ਨਾਲ ਹੀ ਫਰਕ ਪੈ ਜਾਂਦਾ। ਸੋ ਇਹ ਆਪਾਂ ਇਹ ਜ਼ਰੂਰ ਸੋਚੀਏ ਕਿ ਜਿਹੜੀ ਆਪਣੀ ਵੋਟ ਹੈ ਉਹ ਇੱਕ ਆਪਣਾ ਇੱਕ ਹੱਕ ਹੈ, ਇੰਨੀਆਂ ਮੁਸ਼ਕਤਾਂ ਘਾਲ ਕੇ ਆਪਾਂ ਇਹ ਆਪਣੇ ਪਰਿਵਾਰ, ਆਪਣੇ ਜਿਹੜਾ ਜੀਵਨ ਜਿਹੜਾ ਹੋਰ ਵੀ ਸੌਖਾ ਹੋ ਸਕਦਾ ਸੀਗਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਉਹ ਛੱਡ ਕੇ ਆਪਾਂ ਇੱਥੇ ਆਉਂਦੇ ਹਾਂ। ਹੁਣ ਆਪਾਂ ਇੱਥੇ ਦੇ ਵਸਿੰਦੇ ਬਣ ਚੁੱਕੇ ਹਾਂ, ਆਪਣੀ ਜਿਹੜੀ ਆਉਣ ਵਾਲੀਆਂ ਪਨੀਰੀਆਂ ਉਹ ਇੱਥੇ ਹੀ ਮਤਲਬ ਉਹਨਾਂ ਨੇ ਪੜ੍ਹਨਾ ਲਿਖਣਾ, ਵੱਡੇ ਹੋ ਕੇ ਇੱਥੇ ਹੀ ਬਿਜ਼ਨਸ ਕਰਨਾ। ਸੋ ਹੁਣ ਲੋੜ ਹੈ ਕਿ ਆਪਾਂ ਜਿਹੜੇ ਇਸ਼ੂਜ਼ ਹੈ ਜਾਂ ਜਿਹੜੇ ਪੋਲੀਟਿਕਸ ਜਾਂ ਇਲੈਕਸ਼ਨ ਹੈ ਉਹਦੇ ਵਿੱਚ ਆਪਾਂ ਆਪਣੀ ਪੂਰੀ ਮਤਲਬ ਹੋਂਦ ਬਣਾਈਏ। ਸੋ ਇਹ ਇਲੈਕਸ਼ਨ March 3 ਨੂੰ ਜੇ ਤੁਸੀਂ ਬੈਲਟ ਬਾਈ ਵੋਟ ਬਾਈ ਮੇਲ ਹੈ ਤਾਂ ਹੁਣ ਤਾਂ ਟਾਈਮ ਰਹਿ ਨਹੀਂ ਗਿਆ ਕਿ ਤੁਸੀਂ ਉਹਨੂੰ ਮੇਲ ਕਰੋ, ਜੇ ਤਾਂ ਮੇਲ ਕਰਤੇ ਤਾਂ ਬਹੁਤ ਜ਼ਿਆਦਾ ਸ਼ਾਬਾਸ਼ ਹੈ, ਮਤਲਬ ਜੇ ਨਹੀਂ ਕੀਤੇ ਤਾਂ 3 ਤਰੀਕ ਨੂੰ ਕੱਲ੍ਹ ਨੂੰ ਹੀ ਪੋਲਿੰਗ ਸੈਂਟਰ ਖੁੱਲ੍ਹ ਚੁੱਕੇ ਹੈ, ਉੱਥੇ ਜਾ ਕੇ ਤੁਸੀਂ ਡਰੋਪ ਆਫ ਕਰ ਸਕਦੇ ਹੋ ਇਹ ਐਬਸੈਂਟੀ ਬੈਲਟ। ਐਬਸੈਂਟੀ ਬੈਲਟ, ਅਤੇ ਜਿਹੜੇ ਪੋਲ ਵੋਟਰਸ ਹੈ ਉਹ ਵੀ ਕੱਲ੍ਹ ਤੋਂ ਹੀ ਜਾ ਕੇ ਪੋਲਸ ਦੀਆਂ ਲੋਕੇਸ਼ਨ ਖੁੱਲ੍ਹ ਚੁੱਕੀਆਂ, 3 ਤਰੀਕ ਤੱਕ ਸ਼ਾਮ ਨੂੰ 8 ਵਜੇ ਤੱਕ ਉਹ ਆਪਣੀ ਵੋਟ ਜਾ ਕੇ ਕੈਸਟ ਕਰ ਸਕਦੇ। ਸੋ ਮੇਰੀ ਬੜੀ ਨਿਮਰਤਾ ਸਹਿਤ ਇਹੀ ਬੇਨਤੀ ਹੈ ਕਿ ਆਪਣੀ ਵੋਟ ਦਾ ਹੱਕ ਜਮਾਓ। ਜੇ ਤੁਹਾਨੂੰ ਇਹ ਲੱਗਦਾ ਕਿ ਅਸੀਂ ਤੁਹਾਡੀ ਜਿਹੜੀਆਂ ਮਤਲਬ ਰਿਸਪੋਂਸੀਬਿਲਟੀਜ਼ ਹੈ ਜਾਂ ਜਿਹੜੀਆਂ ਚੀਜ਼ਾਂ ਤੁਸੀਂ ਇੱਕ ਕੈਂਡੀਡੇਟ ਦੇ ਵਿੱਚੋਂ ਦੇਖ ਰਹੇ ਹਾਂ ਅਤੇ ਜੇ ਸਾਡੇ ਵਿੱਚ ਤੁਹਾਨੂੰ ਉਹ ਦਿਖ ਰਹੀਆਂ ਤਾਂ ਪਲੀਜ਼ ਆਪਣੀ ਜਿਹੜੀ ਵੋਟ ਹੈ ਉਹ ਮੈਨੀ ਗਰੇਵਾਲ ਫੋਰ ਸਟੇਟ ਸੈਨੇਟ, ਪਰ ਸਿਰਫ ਇਹ ਨਹੀਂ ਕਿ ਮੈਨੀ ਗਰੇਵਾਲ ਦੀ ਵੋਟ 'ਤੇ ਠੱਪਾ ਲਾ ਤਾ, ਹੋਰ ਵੀ ਕਾਫੀ ਲੋਕ ਇਹ ਇਲਾਕੇ ਦੇ ਵਿੱਚ ਖੜ੍ਹੇ ਹੈ ਕਾਂਗਰਸ ਲਈ, ਮੇਅਰ ਲਈ, ਸੁਪਰਵਾਈਜ਼ਰਸ ਲਈ। ਸੋ ਉਹਨਾਂ ਨੂੰ ਵੀ, ਕਿਉਂਕਿ ਜਿੱਦਾਂ ਜਿੱਦਾਂ ਆਪਾਂ ਆਪਣੀ ਜਿਹੜੀ ਵੋਟ ਦਾ ਹੱਕ ਜਮਾਵਾਂਗੇ ਉਨਾਂ ਹੀ ਆਪਣੀ ਹੋਰ ਇਹ ਇਲਾਕੇ ਦੇ ਵਿੱਚ ਵੋਇਸ ਬਰਕਰਾਰ ਹੋਊਗੀ, ਹੋਰ ਆਪਾਂ ਆਪਣੀ ਕਮਿਊਨਿਟੀ ਨੂੰ ਬੁਲੰਦੀਆਂ ਤੱਕ ਲੈ ਕੇ ਜਾ ਸਕਦੇ ਹਾਂ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਇੱਕ ਵਾਰ ਫਿਰ ਇਹ ਤੁਸੀਂ ਇਹ ਨਾ ਸੋਚੋ ਕਿ ਮੈਨੀ ਗਰੇਵਾਲ ਦੀ ਕੈਂਪੇਨ ਹੈ ਜਾਂ ਆਪਣੇ ਭਾਈਚਾਰੇ ਦੀ ਆ, ਇਹ ਕੱਲ੍ਹ ਨੂੰ ਆਪਣੇ ਬੱਚਿਆਂ ਦੀ ਆ। ਮੈਂ ਇਹ ਗੱਲ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਕਿ ਜਦੋਂ ਅਸੀਂ ਇੱਥੇ ਆਏ ਸੀ ਸਾਡੇ ਪਰਿਵਾਰ ਇੱਥੇ ਆਏ ਸੀ 30 ਸਾਲ ਪਹਿਲਾਂ, ਕੋਈ ਜਾਣਾ ਇਹ ਸੋਚ ਨਹੀਂ ਸਕਦਾ ਸੀ ਵੀ ਅਸੀਂ ਵੀ ਸ਼ਹਿਰਾਂ ਦੇ ਮੇਅਰ ਜਾਂ ਸਿਟੀ ਕਾਊਂਸਲਰ ਬਣਾਂਗੇ। ਹੁਣ
ਉਹ ਚੀਜ਼ ਨੂੰ ਆਪਾਂ ਗਾਂਹ ਲੈ ਚੁੱਕੇ ਹਾਂ। ਹੁਣ ਜੇ ਪਰਮਾਤਮਾ ਆਪਾਂ ਨੂੰ ਇਹ ਮੌਕਾ ਦਿੰਦਾ ਕਿ ਸਟੇਟ ਸੈਨੇਟ ਦੀ ਆਪਾਂ ਇਲੈਕਸ਼ਨ ਜਿੱਤਦੇ ਹਾਂ ਤਾਂ ਉਹ ਦਿਨ ਦੂਰ ਨਹੀਂ ਕਿ ਆਪਣੇ ਬੱਚੇ ਕਾਂਗਰਸ ਲਈ ਅਤੇ ਈਵਨ ਵਾਈਟ ਹਾਊਸ ਲਈ ਜਾ ਸਕਦੇ। ਐਬਸੋਲੂਟਲੀ, ਅਤੇ ਇਹੀ ਸਾਡੀ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਕਿ ਤੁਹਾਨੂੰ ਇਨ ਚੀਜ਼ਾਂ ਬਾਰੇ ਨਾ ਕਿ ਸਿਰਫ ਜਾਣਕਾਰੀ ਪਹੁੰਚਾਉਣ ਪਰ ਤੁਹਾਨੂੰ ਉਨ ਸ਼ਖਸੀਅਤਾਂ ਨਾਲ ਮਿਲਾਉਣ ਜੋ ਇਸ ਮੰਚ 'ਤੇ ਇਸ ਪਲੈਟਫਾਰਮ 'ਤੇ ਆਪਣੀ ਸਟੋਰੀ, ਆਪਣੀ ਪੋਲੀਟਿਕਸ, ਆਪਣੀ ਕੈਂਡੀਡੇਸੀ ਲਈ ਤੁਹਾਨੂੰ ਅਰਜ ਕਰੇ ਕਿ ਤੁਸੀਂ ਆ ਕੇ ਵੋਟ ਪਾਓ। ਤੁਸੀਂ ਵੀ ਵੋਟ ਪਾ ਸਕਦੇ ਹੋ। ਤੁਹਾਨੂੰ ਪੂਰੀ ਜਾਣਕਾਰੀ ਲਈ ਕੋਈ ਵੀ ਸਵਾਲ ਹੈਗੇ ਤੁਸੀਂ ਸਾਨੂੰ ਲਿਖ ਸਕਦੇ ਹੋ, info@justbroadcasting.com, ashmita@justbroadcasting.com। ਮੈਂ ਸਿਰਫ ਇੱਕ ਕਹਾਵਤ ਨਾਲ ਇਹ ਸ਼ੋਅ ਸਮਾਪਤ ਕਰਾਂਗੀ। ਇਸ ਦੇਸ਼ ਵਿੱਚ ਬੜੀ ਫੇਮਸ ਸੇਇੰਗ ਹੈਗੀ, ਆਲ ਪੋਲਿਟਿਕਸ ਇਜ਼ ਲੋਕਲ, ਐਂਡ ਲੋਕਲ ਪੋਲੀਟਿਕਸ ਵਿੱਚ ਇੱਕ ਇੱਕ ਵੋਟ ਦਾ ਫਰਕ ਪੈਂਦਾ। ਜਿੱਦਾਂ ਮੈਨੇਜਰ ਨੇ ਹੁਣੇ ਐਕਸਪਲੇਨ ਕੀਤਾ, ਤੁਹਾਡੀ ਵੋਟ ਵੇਸਟ ਨਹੀਂ ਹੈਗੀ, ਇਹ ਤੁਹਾਡੀ ਜ਼ਿੰਮੇਵਾਰੀ ਹੈਗੀ, ਤੁਹਾਡਾ ਪੂਰਾ ਫਰਜ਼ ਬਣਦਾ। ਤੁਸੀਂ ਜਾ ਕੇ ਆਪਣੀ ਸਿਟੀਜ਼ਨਸ਼ਿਪ ਨੂੰ ਐਕਸਰਸਾਈਜ਼ ਕਰਕੇ ਇਸ ਕੰਟਰੀ ਦੀ ਗਵਰਨਮੈਂਟ ਦਾ ਹਿੱਸਾ ਬਣੋ। ਇਹਦੇ ਨਾਲ ਹੀ ਆਪਾਂ ਸਮਾਪਤ ਕਰਦੇ ਹਾਂ ਪ੍ਰੋਗਰਾਮ ਨੂੰ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮੱਚ।